संत कौन हुंदा है तां साहिब जी कहंदे ने जिहड़ा अठे पैर नाम जपे दम लैंदिया होया वी भोजन दियां गरासियां छकदियां होया वी जिहनूं वाहिगुरू अकाल पुरख परमेश्वर दा नाम चेते ना भुल्ले उहनूं संत कहंदे है। जिन्ना सास ग्रास ना विसरै हर नामा मन मंत धन से सी नानका पूरन सोई संत। महापुरख बाबा पाला सिंह साहब जी एक ऐसे महापुरख सी जिन्हां नूं अठे पैर नाम वाहिगुरु दा चेती भुलदा ही नहीं सी। अठे पैर ही नाम दे विच लीन रहिंदे सन।
दुनिया के उत्ते एक वो महापुरख होए ने जिन्हां ने मैं गुरबाणी आधार है गुरबाणी लाग रहाओ जियो। एक वो महापुरख संत बाबा ठाकुर सिंह साहब जी जिन्हां ने गुरबाणी नूं ही अपने जीवन का आधार बनाया। एक जपजी साहब जी का पाठ नहीं हुंदा, सौ सौ पाठ जपजी साहब दे उह सुणदा सी महापुरख। एक कीर्तन सोला नहीं पढ़िया जांदा, उह रात नूं वी वी बाई बाई कीर्तन सोले सुणदा सी। इन्नी सुन शक्ति सी उह महापुरख दे विच, इन्नी उह गुरबाणी नूं सुणदा सी ਉਹਨੂੰ ਹੋਰ ਦੂਜੀ ਗੱਲ ਤੇ ਚੰਗੀ ਨਹੀਂ ਸੀ ਲੱਗਦੀ। ਉਹ ਕਹਿੰਦਾ ਸੀ ਬਸ ਮੇਰੇ ਲਾਗੇ ਨਾਮ ਹੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ, ਪੂਰੀ ਪੂਰੀ ਭਗਤ ਬਾਣੀ ਦਾ ਨਿਤਨੇਮ ਸੁਣ ਲੈਣਾ ਉਸ ਮਹਾਂਪੁਰਖ ਨੇ। ਹੈਰਾਨੀ ਦੀ ਗੱਲ ਇਹ ਹੈ ਵੀ ਬਾਣੀ ਸੁਣਾਉਣ ਵਾਲੇ ਥੱਕ ਜਾਂਦੇ ਸੀ, ਪਰ ਉਹ ਮਹਾਂਪੁਰਖ ਸੁਣਦਾ ਨਹੀਂ ਸੀ ਥੱਕਦਾ। ਕੋ ਸਤਨਾਮ ਸ਼੍ਰੀ ਵਾਹਿਗੁਰੂ ਜਿਹੜੇ ਮਹਾਂਪੁਰਖਾਂ ਦੇ ਨਾਲ ਰਹੇ ਨਾ ਪੁਰਾਣੇ ਸਿੰਘ, ਉਹ ਦੱਸਦੇ ਵੀ ਅਸਾਂ ਕਹਿ ਕੰਨੀ ਕਤਰਾਉਣੀ ਮਹਾਂਪੁਰਖਾਂ ਦੇ ਅੱਗੋਂ ਦੀ ਨਾ ਲੰਘਣਾ। ਵੀ ਬਾਬੇ ਨੇ ਆਖਣਾ ਆ ਜਾ ਬਾਣੀ ਸੁਣਾ, ਆ ਮੈਨੂੰ ਸੁਖਮਨੀ ਸਾਹਿਬ ਦਾ ਪਾਠ ਸੁਣਾ, ਆ ਮੈਨੂੰ ਜਪਜੀ ਸਾਹਿਬ ਸੁਣਾ, ਅਤੇ ਅਸਾਂ ਨੇ ਲੰਘਣਾ ਅਤੇ ਪਿੱਛੋਂ ਦੀ ਲੰਘਣਾ ਵੀ ਕਿਤੇ ਬਾਬੇ ਦੇ ਸਾਹਮਣੇ ਨਾ ਹੋ ਜਾਈਏ, ਬਾਣੀ ਸੁਣਾਉਣੀ ਪੈਣੀ ਹੈ। ਇੱਕ ਉਹ ਮਹਾਂਪੁਰਖ ਸੀ, ਮੈਂ ਗੁਰਬਾਣੀ ਆਧਾਰ ਹੈ, ਜਿਹਨੇ ਗੁਰਬਾਣੀ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਮੰਨਿਆ ਸੀ। ਅਤੇ ਦੂਜਾ ਮਹਾਂਪੁਰਖ ਬਾਬਾ ਪਾਲਾ ਸਿੰਘ, ਜਿਹਨੇ ਸੇਵਾ ਨੂੰ ਹੀ ਆਪਣੀ ਜ਼ਿੰਦਗੀ ਦਾ ਆਧਾਰ ਆਸਰਾ ਮੰਨਿਆ ਸੀ। ਆਖੂ ਸਤਨਾਮ ਸ਼੍ਰੀ ਵਾਹਿਗੁਰੂ। ਜਿਵੇਂ ਪੰਛੀ ਹੁੰਦਾ ਹੈ ਨਾ, ਪੰਛੀ ਦੇ ਦੋ ਖੰਭ ਹੁੰਦੇ ਨੇ। ਬਾਬਾ ਆਨੰਦ ਸਿੰਘ ਜੀ ਕਲੀਰਾਂ ਵਾਲੇ ਮਹਾਂਪੁਰਖ ਬਚਨ ਕਰਦੇ ਹੁੰਦੇ ਸੀ, ਗੁਰਮੁਖ ਦੇ ਦੋ ਪੰਖ ਨੇ, ਇੱਕ ਨਾਮ ਅਤੇ ਇੱਕ ਸੇਵਾ, ਸਿਮਰਨ ਅਤੇ ਸੇਵਾ, ਇਹ ਦੋ ਹੀ ਚੀਜ਼ਾਂ ਨੇ। ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਜਿੱਥੇ ਉਹਨਾਂ ਨੇ ਨਾਮ ਜਪਿਆ ਉੱਥੇ ਉਹਨਾਂ ਨੇ ਸੇਵਾ ਵੀ ਕੀਤੀ। ਆਪ ਲੰਗਰ ਦੇ ਜੂਠੇ ਭਾਂਡੇ ਮਾਂਜਣੇ, ਆਪ ਸਿੰਘਾਂ ਨੂੰ ਜਲ ਪਾਣੀ ਛਕਾਉਣਾ, ਅਤੇ ਐਸੀ ਰੰਗ ਰਤੜੀ ਰੂਹ ਬਾਬਾ ਪਾਲਾ ਸਿੰਘ ਜੀ, ਇਹਨਾਂ ਨੇ ਸੇਵਾ ਦੇ ਨਾਲ ਨਾਮ ਜਪਿਆ। ਬਾਬਾ ਜੀ ਨੇ ਨਾਮ ਦੇ ਨਾਲ ਸੇਵਾ ਕੀਤੀ, ਇਹਨਾਂ ਨੇ ਸੇਵਾ ਦੇ ਨਾਲ ਨਾਮ ਜਪਿਆ। ਚੀਜ਼ਾਂ ਦੋਵੇਂ ਹੀ ਸੀ। ਸਾਹਿਬ ਬਾਬਾ ਠਾਕੁਰ ਸਿੰਘ ਦੇ ਵਿੱਚ ਨਾਮ ਸੁਣਨ ਦੀ ਸ਼ਕਤੀ ਭਾਰੀ ਸੀ, ਅਤੇ ਬਾਬਾ ਪਾਲਾ ਸਿੰਘ ਦੇ ਵਿੱਚ ਸੇਵਾ ਕਰਨ ਦੀ ਸ਼ਕਤੀ ਭਾਰੀ ਸੀ। ਇੰਨੀ ਸੇਵਾ ਕੀਤੀ ਵੀ ਉਹ ਸੇਵਾ ਦਾ ਹੀ ਰੂਪ ਹੋ ਗਏ। ਬਾਬਾ ਪਾਲਾ ਸਿੰਘ ਦੇ ਵਿੱਚ ਅਤੇ ਸੇਵਾ ਵਿੱਚ ਕੋਈ ਫਰਕ ਨਹੀਂ ਸੀ ਰਹਿ ਗਿਆ। 1963 ਦੇ ਵਿੱਚ ਪਿਤਾ ਗੁਰਬਖਸ਼ ਸਿੰਘ ਅਤੇ ਮਾਤਾ ਨਿਰੰਜਨ ਕੌਰ ਦੀ ਕੁੱਖ ਤੋਂ ਲੋਹਗੜ੍ਹ ਪਿੰਡ ਦੇ ਵਿੱਚ ਬਾਬਾ ਪਾਲਾ ਸਿੰਘ ਜੀ ਨੇ ਜਨਮ ਲਿਆ ਸੀ। ਮੈਂ ਜਨਮ ਨਾ ਕਹਾਂ, ਮੈਂ ਅਵਤਾਰ ਕਹਾਂ, ਵੀ ਉਹਨਾਂ ਨੇ ਅਵਤਾਰ ਧਾਰਿਆ ਸੀ, ਕਿਉਂਕਿ ਅਵਤਾਰ ਸ਼ਬਦ ਸੰਸਕ੍ਰਿਤ ਦਾ ਹੈ। ਸੰਸਕ੍ਰਿਤ ਦੇ ਵਿਦਵਾਨਾਂ ਨੇ ਅਵਤਾਰ ਦੇ ਅਰਥ ਕੀਤੇ ਨੇ, ਅਵਤਾ ਰਖਤੀ ਇਤੀ ਅਵਤਾਰਾ। ਅਵਤਾ ਦਾ ਮਹਿਣਾ ਹੁੰਦਾ ਇਹ ਬਿਪਤਾ, ਜਿਹੜਾ ਪਿੱਛੇ ਰਾਰਾ ਲੱਗਾ ਏ ਉਹਦਾ ਮਹਿਣਾ ਇਹ ਰੱਖਿਆ। ਜੋ ਬਿਪਤਾ ਪੈਣ ਦੇ ਸਮੇਂ ਲੁਕਾਈ ਦੀ ਰੱਖਿਆ ਕਰੇ ਉਹਦਾ ਨਾਮ ਅਵਤਾਰ ਹੁੰਦਾ ਏ। ਬਾਬਾ ਪਾਲਾ ਸਿੰਘ ਇੱਕ ਅਵਤਾਰ ਸੀ। ਗਊਆਂ ਦੇ ਉੱਤੇ ਬਿਪਤਾ ਪਈ ਸੀ ਨਾ ਸਮੇਂ ਦੇ ਵਿੱਚ, ਧੀਨ ਦੁਧ ਤੇ ਬਾਹਰੀ ਕਿਤੇ ਨਾ ਆਵੇ ਕਾਮ। ਗਾਈਆਂ ਦੁੱਧ ਨਹੀਂ ਦਿੰਦੀਆਂ ਅਤੇ ਜੱਟ ਡੰਗਾ ਮਾਰ ਕੇ ਬਾਹਰ ਕੱਢਦੇ ਫਸਲਾਂ ਚੜਦੀਆਂ,
इनिया डांगा इनिया चोटा उन्होंने सहारनिया पै रही सी भी उन्हों का कोई वाली वार सी नहीं सी। पिछे जे गवां का होया तो अजकल मझां का भी होने लग पिया सी। मझां भी बुचड़खाने जांदियां वड्डियां जांदियां चोटा मारा सहार दियां गलियां दे विच कुत्ते रुलदे फिरदे सन। ऐ समय दे विच गरीब की कोई बात नहीं सी पुछदा, अवता ही सी ना, बिपता ही पई सी। गवां दी उह महापुरख ने रक्षा कीती, मझां दी उहने रक्षा कीती, गरीबां दा उह मसीहा बनिया, कुत्तियां नूं मठियाईयां पाईयां ते मच्छियां नूं गुरु खालसा जी कोई आटा नहीं पाउंदा, उहने सौगी ते बदाम पाए ते उह अवतार नहीं सी ते होर की सी, उह अवतार सी। उह महापुरख ने अवतार धारिया, जन्म तो ही वह महापुरख बड़ा ठंडे सुभा का मालिक, शुभ गुणा का वह धारनी, लोहगढ़ के नाल एक पिंड है निरंजनपुर, खलचियां जाइए तो उत्थे एक पिंड है, मेरा नानकियां का पिंड है नाल ही। लोहगढ़ के नाल ही एक पिंड है निरंजनपुर, उतों के महापुरख होए ने बाबा राम सिंह जी। महापुरख कहते सेवादार गुरु घर के वड्डे, जिन्हां दिनां दे विच गुरु खालसा जी भोरा साहब की सेवा चलती सी ना श्री बाबा बकाला साहब, उन्हां दिनां दे विच महापुरख सचखंड वासी बाबा बिशन सिंह साहब जी भोरा साहब की सेवा कराते सी। महापुरख बाबा राम सिंह जी पिंडों गुरु किया संगतां नूं कट्ठिया करके ते बाबे बकाले साहब खड़दे हुंदे सी, वो सेवादारां दे जथेदार सी। वार बधे सी भी ऐतवार इस पिंड ने जाना है, सोमवार इस पिंड ने जाना है, अज भी वो परंपरा हैगी है। उन्हां दे खानदान दे विचों बाबा बचित्र सिंह जी निरंजनपुर वाले मस्या ते अमृत संचार भी करदे ने, ते ऐतवार अपने ट्रैक्टर ट्राली ते गुरु के सिख संगतां नूं वी बाबे बकाले साहब सेवा ते लै जांदे ने। ऐसे महान बाबा राम सिंह जी बाबा चरण सिंह जी, उन्हां दी प्रेरणा दे नाल बाबा पाला सिंह जी 8-9 साल की उम्र होगी छोटी जी बालक ही ते सेवा ते जान लग पे। इन्नी चेटक लगी सेवा दी, हफ्ते 2 वार भी चल जाना, 3 वार भी चल जाना, इन्ने चेटक लग गई भी घरों उपराम होके ते गुरुद्वारा शहीदी बाग श्री आनंदपुर चल गए बाबा कीर्तन सिंह साहब जी के पास भी उत्थे सेवा करांगे, घर जाना ही नहीं है ते नहीं तो लागो घर वाले लै जांदे। उत्थे 4-5 महीने सेवा कीती, हुण ब्रह्म ज्ञानी की गत ब्रह्म ज्ञानी जाने, ब्रह्म ज्ञानी की गल ब्रह्म ज्ञानी जान सकता है। ते बाबा कीर्तन सिंह साहब जी ने बाबा पाला सिंह जी दे चक्कर चेन वेखे ते कहन लगे पुरखा तू बाबे बकाले चलिया जा, उन्होंने पता सी भी इन्हां ने केड़ी सेवा करनी है। इधर बाबे बकाले साहब ही आ गए, इत्थे फिर सेवा दी मस्ती, जिहड़ा भी कोई गुरु घर दे विच पहरा होना सेवा होनी उहदे विच ही लगी रहना। ऐसा वो रंग रतड़ी रूह सी भी गवां दी सेवा विच लग जाना। उदों सेवादार सी बाबा लखा सिंह, बाबा बिशन सिंह साहब जी दा थापिया होया गवां दी सेवा करदा, ते ये बाबा पाला सिंह जी ते इन्हां दे नाल एक कलेरां दा बाबा सरवण सिंह, इन्हां दोनां दी आपस विच बड़ी प्रीति सी। कल ही मैं बाबे बकाले साहब मिलिया उन्हां नूं ते उन्हां नाल मैं बचन बलास कीते भी पुराने बचन सुनाओ। वो कहिंदे भी नानक सर दा मेला सी बाबे बकाले साहब दा, इकट्ठे हो के दवें मेले जाण डए ते पता लगा
ਵੀ ਬਾਬਾ ਲੱਖਾ ਸਿੰਘ ਗਊਆਂ ਵਾਲਾ ਚੜ੍ਹਾਈ ਕਰ ਗਿਆ ਹੈ ਤੇ ਉਹਦਾ ਹੱਥੀ ਸਸਕਾਰ ਬਾਬਾ ਪਾਲਾ ਸਿੰਘ ਨੇ ਤੇ ਅਸੀਂ ਦੋਵਾਂ ਨੇ ਕੀਤਾ ਤੇ ਸ਼ਾਮਾਂ ਨੂੰ ਮਹੱਲੇ ਦੇ ਵੇਲੇ ਫਿਰ ਉੱਪੜ ਗਏ ਬਾਬੇ ਬਕਾਲੇ ਸਾਹਿਬ ਉੱਥੇ ਰਹੇ ਸਵੇਰੇ ਬਾਬਾ ਜੀ ਨੇ ਸੱਦਿਆ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਨੇ ਤੇ ਕਹਿਣ ਲੱਗੇ ਗਊਆਂ ਦੀ ਸੇਵਾ ਕਰਿਆ ਕਰੋ ਬਾਬਾ ਸਰਵਣ ਸਿੰਘ ਕਹਿੰਦਾ ਵੀ ਮੈਂ ਹੱਥ ਜੋੜ ਕੇ ਆਖਿਆ ਬਾਬਾ ਜੀ ਮੈਂ ਗ੍ਰਿਸ਼ਤੀ ਹਾਂ ਤੇ ਪਾਲਾ ਸਿੰਘ ਬਿਹੰਗਾ ਮੈਂ ਇਹਨੂੰ ਅੱਗੇ ਲਾ ਦਿਓ ਤੇ ਮੈਨੂੰ ਪਿੱਛੇ ਲਾ ਦਿਓ ਤੇ ਬਾਬਾ ਜੀ ਨੇ ਅੱਗੇ ਲਾ ਦਿੱਤਾ ਪਾਲਾ ਸਿੰਘ ਜੀ ਤੁਸੀਂ ਸੇਵਾ ਕਰਿਆ ਕਰੋ ਸੇਵਾ ਵਿੱਚ ਜੁੱਟ ਗਏ ਇੱਕ ਦਿਨ ਗੁਰੂ ਖਾਲਸਾ ਜੀ ਗਊਆਂ ਨੂੰ ਛੱਡ ਕੇ ਤੇ ਕਿਤੇ ਮੇਲਾ ਵੇਖਣ ਚਲੇ ਗਏ ਬਾਬਾ ਜੀ ਨੂੰ ਪਤਾ ਲੱਗਾ ਮਾਰਾ ਬਕਾਰਾ ਕੀਤਾ ਕਹਿਣ ਲੱਗੇ ਪਾਲਾ ਸਿੰਘ ਜਿੱਥੇ ਸੇਵਾ ਲੱਗੀ ਹੋਵੇ ਉਹਨੂੰ ਛੱਡ ਕੇ ਨਹੀਂ ਜਾਈਦਾ ਤੇਰੀ ਸੇਵਾ ਤੇ ਗਊਆਂ ਵਿੱਚ ਦੁਨੀਆ ਤੈਨੂੰ ਵੇਖਣ ਆਉਂਦੀ ਹੈ ਤੂੰ ਬਾਹਰ ਤੁਰਿਆ ਫਿਰਦਾ ਹੈ ਮੇਲਾ ਤੇ ਇੱਥੇ ਲੱਗੇਗਾ ਤੇਰੇ ਕੋਲ ਮੇਲੇ ਲੱਗੇ ਰਹਿਣਗੇ ਇਹ ਬਾਬਾ ਜੀ ਦਾ ਬਚਨ ਕਹਿਣ ਲੱਗੇ ਸਾਡੀ ਇਹ ਗੱਲ ਪੱਲੇ ਬੰਨ ਲਾ ਮਾਲ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਭਾਵੇਂ ਸੂਰਜ ਇੱਧਰੋਂ ਉੱਧਰ ਚੜ ਜਾਵੇ ਉਹ ਐਸੀ ਰੰਗ ਰਤੜੀ ਰੂਹ ਉਹਨੇ ਗੱਲ ਬਾਬਾ ਜੀ ਦੀ ਪੱਲੇ ਬੱਧੀ ਬਾਬਾ ਪਾਲਾ ਸਿੰਘ ਜੀ ਆਪਣੇ ਚੋਲੇ ਨੂੰ ਤੇ ਆਪਣੇ ਦਮਾਲੇ ਨੂੰ ਗੁਰੂ ਖਾਲਸਾ ਜੀ ਦੋ ਗੰਢਾਂ ਦਿੰਦੇ ਹੁੰਦੇ ਸੀ ਦੋ ਗੰਢਾਂ ਇੱਕ ਚੋਲੇ ਦੀ ਕੰਨੀ ਨੂੰ ਦੇਣੀ ਇੱਕ ਜਦੋਂ ਸਿਰ ਤੇ ਪੱਗ ਦਮਾਲਾ ਬੰਨਣਾ ਤੇ ਉਹਨੂੰ ਗੰਢ ਦੇਣੀ ਤੇ ਕਈਆਂ ਨੇ ਪੁੱਛਿਆ ਬਾਬਾ ਜੀ ਇਹ ਗੰਢਾਂ ਕਿਉਂ ਦਿੱਤੀਆਂ ਨੇ ਤੇ ਉਹਨਾਂ ਕਹਿਣਾ ਬਾਬਾ ਜੀ ਦਾ ਬਚਨ ਪੱਲੇ ਬੱਧਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਪੱਲੇ ਬਣਾ ਗਏ ਸੀ ਸੁਖਮਨੀ ਸਾਹਿਬ ਵਿੱਚ ਪਾਤਸ਼ਾਹ ਜੀ ਕਹਿੰਦੇ ਸੱਤ ਬਚਨ ਸਾਧੂ ਉਪਦੇਸ਼ ਸਾਧੂਆਂ ਦਾ ਉਪਦੇਸ਼ ਹੀ ਹੈ ਵੀ ਸੱਤ ਬਚਨ ਕਰਕੇ ਮੰਨੋ ਸੱਤ ਬਚਨ ਵਿੱਚ ਬੜੀ ਵੱਡੀ ਤਾਕਤ ਹੈ ਭਾਈ ਬਾਲੇ ਤੇ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਦਾ ਬਚਨ ਸੱਤ ਬਚਨ ਕਰਕੇ ਮੰਨਿਆ ਭਾਈ ਲਹਿਣੇ ਨੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਸੱਤ ਬਚਨ ਕਰਕੇ ਮੰਨਿਆ ਜੇ ਗੁਰੂ ਨੇ ਆਖਿਆ ਮੁਰਦਾ ਖਾ ਤੇ ਭੱਜ ਕੇ ਚਲੇ ਗਏ ਤੇ ਸਤਿਗੁਰੂ ਸਾਹਿਬ ਜੀ ਨੇ ਸੱਤ ਬਚਨ ਤੋਂ ਪ੍ਰਸੰਨ ਹੋ ਕੇ ਦਾਤਾਂ ਦੇ ਦਿੱਤੀਆਂ ਲੋੜ ਹੈ ਸੱਤ ਬਚਨ ਦੀ ਅੱਜ ਸਾਡੇ ਵਿੱਚ ਗੁਰੂ ਖਾਲਸਾ ਜੀ ਸੱਤ ਬਚਨ ਨਹੀਂ ਜੇ ਰਹਿ ਗਿਆ ਗੁਰੂ ਨੇ ਬਚਨ ਕੀਤਾ ਤੇ ਸਿੱਖ ਕਹਿੰਦਾ ਇਹਦੇ ਨਾਲ ਕੀ ਹੋਵੇਗਾ ਇਹ ਤੇ ਐਵੇਂ ਹੀ ਹੈ ਫੋਕਟ ਹੀ ਹੈ ਮਰਿਆਦਾ ਇਹਦੇ ਨਾਲ ਕੀ ਹੋਵੇਗਾ ਗੁਰੂ ਨੇ ਆਖਿਆ ਹੋਵੇ ਸਿੱਖ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਤੀ ਹੋਏ ਮਰੈ ਵੀ ਸਿੱਖਾਂ ਸਿਰ ਤੇ ਟੋਪੀ ਨਹੀਂ ਉਹ ਪਾਉਣੀ ਜੇ ਟੋਪੀ ਪਾਵੇਗਾ ਤੇ ਸੱਤ ਜਨਮ ਤੈਨੂੰ ਕੋੜੀ ਹੋ ਕੇ ਮਰਨਾ ਪਵੇਗਾ ਗੁਰੂ ਦਾ ਬਚਨ ਹੈ ਸਿੱਖ ਨੇ ਆਖਿਆ ਸਿਰ ਹੀ ਢੱਕਣਾ ਹੈ ਟੋਪੀ ਪਾ ਲਈ ਤੇ ਕੀ ਹੋ ਗਿਆ ਤਰਕ ਕਰ ਦਿੱਤੀ ਸੱਤ ਬਚਨ ਨਹੀਂ ਨਾ ਰਹਿ ਗਿਆ ਸੱਤ ਬਚਨ ਕਰਕੇ ਗੁਰੂ ਦਾ ਬਚਨ ਤੇ ਨਹੀਂ ਨਾ ਮੰਨਿਆ ਅੱਗੋਂ ਤਰਕ ਤੇ ਵਿਤਰਕ ਕੀਤੀ ਗੁਰੂ ਨੇ ਆਖਿਆ ਕੇਸ ਰੱਖਣਾ ਹੀ ਦਾੜਾ ਰੱਖਣਾ ਹੀ ਤੇ ਸਿੱਖ ਨੇ ਆਖਿਆ ਤੇ ਦਾੜੇ ਰੱਖਿਆ ਮਹਾਰਾਜ ਸਾਹਿਬ ਜੀ ਕਿਹੜੇ ਇਹਨਾਂ ਨੂੰ ਡੋਡੇ ਲੱਗ ਜਾਣੇ ਹੈ ਇਹਨਾਂ ਨੂੰ ਕਿਹੜਾ ਵੀ ਸਿੱਟਾ ਪੈਣਾ ਹੈ ਦਾੜਾ ਰੱਖਣ ਦੀ ਕੀ ਲੋੜ ਹੈ ਕਲਗੀਧਰ ਪਾਤਸ਼ਾਹ ਜੀ ਦੇ ਵੇਲੇ ਵੀ ਹੈ ਸੀ ਪਰ ਵਿਰਲੇ ਕਲਗੀਧਰ ਪਾਤਸ਼ਾਹ ਜੀ ਦਾ ਇੱਕ ਸਿੱਖ ਸੀ ਭਾਈ ਦਾਨ ਸਿੰਘ ਤੇ ਮਾਲਵੇ ਦੀ ਧਰਤੀ ਤੇ ਗਏ ਤੇ ਕਹਿਣ ਲੱਗੇ ਵੀ ਕੇਸ ਦਾੜੇ ਰੱਖੋ ਜੇ ਮੇਰਾ ਸਿੱਖ ਕਿਤੇ ਨਰਕਾਂ ਵਿੱਚ ਵੀ ਡਿੱਗ ਪਏ ਨਾ ਤੇ ਮੈਂ ਕੇਸਾਂ ਤੋਂ ਫੜ ਕੇ ਆਪਣੇ ਸਿੱਖ ਨੂੰ ਬਾਹਰ ਕੱਢ ਲਵਾਂਗਾ ਨਰਕਾਂ ਤੋਂ ਵਿਦਾਨ ਸਿੰਘ ਕਹਿਣ ਲੱਗਾ ਮਾਰਿਆ ਮੇਰੀ ਦਾੜੀ ਹੈਗੀ ਇਹਤੋਂ ਫੜ ਕੇ ਕੱਢ ਲਿਓ ਹੁਜਤਾਂ ਕਰਨ ਲੱਗਾ ਸਾਹਿਬ ਜੀ ਕਹਿਣ ਲੱਗੇ ਹੁਜਤਾਂ ਦੀ ਲੋੜ ਨਹੀਂ ਹੈ ਬਚਨ ਮੰਨਣ ਦੀ ਲੋੜ ਹੈ ਸੱਤ ਬਚਨ ਸਾਧੂ ਉਪਦੇਸ਼ ਵੱਡੇ ਨੇ ਕਹਿ ਦਿੱਤਾ
सत बचन करके मन लिया। एक कही दूजे मानी दोनों ब्रह्म ज्ञानी, एक ने कही तो दूजे ने मन ली, तो उत्थे ब्रह्म ज्ञान का वर्तारा है। घरां विच भी कला इसे दी है। एक कहिंदा है दूजा मनन नूं तैयार नहीं, दूजा कहिंदा है पहला मनन नूं तैयार नहीं। सत बचन गुरु खालसा जी अध्यात्मक दुनिया का पहला डंडा है। गल सत बचन तो शुरू होंदी है, परिवार भी सत बचन तो ही चलता है, धार्मिक संस्था भी सत बचन तो ही चलती है, बल्कि सारा समाज सत बचन तो चलता है। धार्मिक दुनिया दे विच जे गुरु खालसा जी अगे पैर रखना है, अगे मंजिल ते चढ़ना है, तो वह भी सत बचन तो, वह भी सत बचन ही है। बाबा जी ने कोई हुज्जत नहीं की, बाबा पाला सिंह जी ने जो वड्डे बाबिया ने कहा उन्हें सत बचन करके मनिया, झोली च पा लिया। कहन लगे बाबा जी नहीं हुण नहीं जाते। जिन्ना चिर गुरु खालसा जी सेवा की उन्ना चिर तक वह महापुरुष गऊआं नूं छड्ड के नहीं गया, रात गऊआं च ही रहा। किन्नी गर्मी होनी, हुसड़ होना, गऊआं च खलोण नूं जी ना करना, पर वह महापुरुख का पलंघा गऊआं दे विचकार हुंदा सी। वह गुरु खालसा जी सेवा रूप हो चुका सी। पहले पहल गऊआं श्री बाबा बकाला साहब ही रहिंदियां सी गऊशाला ही, ते वड्डे बाबिआं दा हुक्म हुंदा सी भी गऊआं चार के ते शाम नूं अपने घर लै आउणियां छौणी साहब जिथे उहनां दा संस्कार होया है। लै जाणा शामां नूं लै आउणा। बाबा कीर्तन सिंह साहब जी दा समां आया ते बाबा जी दे नाल गुरमता कीता, ते कोई गुरु के सिंघां ने बाबे सरवण सिंह ने ते इन्हां ने गुरमता कीता भी गऊआं चक्करवर्ती करिए, चक्करवर्ती पेरिया करिए, क्योंकि रोज इक्के पासे जांदे ते लोग जट जिमीदार चिड़चिड़ करदे ने, ते चक्करवर्ती कर दिए नाले ते पट्ठा मिलेगा, ते नाले गऊआं दा वहीर चलेगा, सिक्खी का प्रचार होगा। ते बाबा पाला सिंह जी कहन लगे भी सत बचन। उत्थे बाबा सरवण सिंह कहिंदा भी आपां गुरमता कीता, दोनों कट्ठे ही सी, गुरभाई सी, ते नाल एक बाबा भरत जिहड़े हुण मौजूदा जथेदार ने गऊआं दे सेवादार ने, एक बाबा भीर सिंह हुंदा सी, चार पांच सिंह हुंदे सी। ते कहिंदे भी गुरमता कीता हुण चक्करवर्ती किधर नूं करनियां ए गाइयां, किधर नूं जाना है। ते बाबा पाला सिंह जी ने यह नहीं आख्या भी मैं सेवादार बड़ा वड्डा, मैं सच्चा वा, मैं खरा वा, अज कहिंदे मैं सच का प्रचार करदा है, मैं सच्चा है, मैं सच का प्रचार करदा है, यही वर्तारा वरतदा पिया है ना। असीं सच्चे हैं, असीं सच का प्रचार करते पए हैं। जो महापुरुख ने आख्या कहन लगा आपां झूठे हैं, चलो झूठे करतारपुर चल चलिए, आखू सतनाम श्री वाहेगुरु। उहदा बचन सी पहला बचन, जिदन वह महापुरुख गऊआं लै के चक्करवर्ती होए ने, ते पहला बचन उहनां दा की सी भी आपां झूठे हैं, चलो झूठे करतारपुर चल चलिए। अपने आप नूं सच्चिआं नहीं आख्या। अज कल तो यह ढंडोरा पिटिया जाता ना भी मैं सच बोलता है, असी सच्चे हैं। एक छोटा जिहा बच्चा वह भी कहिंदा मैं सच्चा, मैं सच बोलता जी, पर वो महापुरख ने सेवा शुरू की थी दे कहन लगे भी आपां दे झूठे हाँ, चलो झूठे करतारपुर चल चलिए। अपने आप नू झूठिया ही समझ, अपने आप नूं उह महापुरख ने सच्चा नहीं खवाया। करतारपुर रहे, इत्थों जमालपुर हुंदे होए ते मढियाले आ गए। मढियाला गुरु खालसा जी घमाणा दे लागे ही,
ਤੇ ਉੱਥੋਂ ਦੇ ਸੇਵਾਦਾਰ ਭਾਈ ਨਿਸ਼ਾਨ ਸਿੰਘ ਜੀ ਤੇ ਉਹਨਾਂ ਨੇ ਗੁਰੂ ਖਾਲਸਾ ਜੀ ਬੜੀ ਗਊਆਂ ਦੀ ਸੇਵਾ ਕੀਤੀ। ਬਹੁਤ ਉਹਨਾਂ ਨੇ ਆਪਣੀਆਂ ਫਸਲਾਂ ਵੀ ਚਰਾਈਆਂ, ਕਮਾਦ ਵੀ ਚਰਾਇਆ। ਤੇ ਉੱਥੇ ਮਹਾਂਪੁਰਖਾਂ ਨੇ ਕਹਿੰਦੇ ਵੀ ਕਲਾ ਵਰਤਾਈ। ਜਿੱਦਣ ਗਊਆਂ ਲਈ ਕਹਿੰਦੇ ਉੱਥੋਂ ਸ਼ਾਮਾਂ ਨੂੰ ਤੁਰਨਾ ਹੁੰਦਾ ਸੀ, 12 ਕੁ ਵਜੇ ਤੋਂ ਬਾਅਦ ਮਹਾਂਪੁਰਖ ਗਊਆਂ ਤੋਰਦੇ ਹੁੰਦੇ ਸੀ। ਤੇ ਕਹਿੰਦੇ ਵੀ ਇੱਕ ਬਾਬਾ ਪਾਲਾ ਸਿੰਘ ਤੇ ਇੱਕ ਬਾਬਾ ਭਰਤ, ਇੱਕ ਬਾਬਾ ਵੀਰ ਸਿੰਘ ਤੇ 100-150 ਗਊ, ਇਹ ਤਿੰਨੇ ਸਿੰਘ। ਤੇ ਨਾਲ ਨਿਸ਼ਾਨ ਸਿੰਘ ਕਹਿੰਦਾ ਵੀ ਮੈਂ, ਤੇ ਕਹਿੰਦੇ ਮੈਂ ਬਾਬਾ ਪਾਲਾ ਸਿੰਘ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਗਊਆਂ ਜਿਹੜੀਆਂ ਨੇ ਉਹ ਜ਼ਿਆਦਾ ਨੇ ਅਤੇ ਸਿੰਘ ਥੋੜ੍ਹੇ ਹੈ, ਅਤੇ ਮੈਂ ਕੋਈ ਦਿਹਾੜੀ ਦੇ ਫੌਜ ਆਖ ਲੈਂਦਾ, ਕੋਈ ਬੰਦੇ ਕਹਿ ਲੈਂਦਾ, ਅਤੇ ਉਹਨਾਂ ਬੰਦਿਆਂ ਨੂੰ ਆਪਾਂ ਨਾਲ ਤੋਰ ਕੇ ਅਤੇ ਗਊਆਂ ਲੈ ਜਾਂਦੇ ਹਾਂ, ਨਹੀਂ ਤਾਂ ਗਊਆਂ ਲੋਕਾਂ ਦਾ ਜਾੜਾ ਕਰਦੀਆਂ ਨੇ ਅਤੇ ਲੋਕ ਨਾਰਾਜ਼ ਹੁੰਦੇ ਨੇ। ਅਤੇ ਮਹਾਂਪੁਰਖ ਕਹਿਣ ਲੱਗੇ ਦਿਹਾੜੀ ਦੇ ਨਾਲ ਕੰਮ ਨਹੀਂ ਚੱਲਣਾ, ਅੱਜ ਚਲਾ ਲਓਗੇ ਤਾਂ ਕੱਲ੍ਹ ਨੂੰ ਕੀ ਹੋਵੇਗਾ, ਇੱਥੇ ਦੇ ਕਾਛੀ ਫੌਜਾਂ ਆਉਣਗੀਆਂ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਕਾਲ ਦੀਆਂ ਗਾਈਆਂ ਨੇ ਤੇ ਅਕਾਲ ਹੀ ਭੇਜੇਗਾ। ਤੇ ਮਹਾਂਪੁਰਖਾਂ ਨੇ ਵਚਨ ਕੀਤਾ। ਇੰਨੇ ਚਿਰ ਨੂੰ ਕਹਿੰਦੇ ਵੀ 6 ਸਿੰਘ ਉਹਨਾਂ ਦਾ ਬੋਲਾ, 6 ਲੱਖ ਫੌਜਾਂ ਉਤਰਾਈਆਂ। ਇਹ ਪਹਿਲੀ ਕਲਾ ਮਹਾਂਪੁਰਖਾਂ ਨੇ ਉੱਥੇ ਵਰਤਾਈ। ਭਰਤ ਚਲੇ ਗਏ, ਮਹੀਨਾ ਇੱਕ ਗਊਆਂ ਰੱਖੀਆਂ, ਹੌਲੀ ਹੌਲੀ ਵਿਕਾਸ ਹੁੰਦਾ ਗਿਆ। ਜਦੋਂ ਮਡਿਆਲੇ ਗੁਰੂ ਖਾਲਸਾ ਜੀ ਗਾਈਆਂ ਲੈ ਕੇ ਆਏ ਸੀ ਤੇ ਭਾਈ ਨਿਸ਼ਾਨ ਸਿੰਘ ਜੀ ਨੇ ਰਾਤੀ ਬਚਨ ਸੁਣਾਇਆ ਮੈਨੂੰ, ਬਾਬਾ ਜੀ ਦੇ ਅੰਗੀਠੇ ਦੇ ਗਏ ਤੇ ਉੱਥੇ ਉਹ ਮਿਲੇ ਮਡਿਆਲੇ ਵਾਲੇ, ਤੋ ਕਹਿੰਦੇ ਵੀ ਸਾਡੇ ਘਰ ਦੇ ਨਾਲ ਹੀ ਇੱਕ ਘਰ ਸੀ ਸੇਵਾਦਾਰ, ਅੱਜ ਵੀ ਹੈ ਗੁਰੂ ਘਰ ਸਿੰਘ, ਅਤੇ ਉਹਦੀ ਘਰਵਾਲੀ ਬਿਮਾਰ ਹੋ ਗਈ ਅਤੇ ਪੇਟ ਦੇ ਵਿੱਚ ਕਈ ਤਰ੍ਹਾਂ ਦੇ ਰੋਗ, ਅਤੇ ਡਾਕਟਰਾਂ ਨੇ ਤਾਂ ਆ ਸਲਾਹ ਦਿੱਤੀ ਵੀ ਹੁਣ ਹੀ ਇਹ ਬੀਬੀ ਨੇ ਬਚਣਾ, ਛੋਟੇ ਛੋਟੇ ਬੱਚੇ, ਅਤੇ ਗਰੀਬ ਸੀ, ਖਰਚ ਵੀ ਕੋਲ ਨਹੀਂ ਸੀ ਵੀ ਇਲਾਜ ਕਿੱਥੋਂ ਕਰਾਉਣਾ ਹੈ। ਉਹ ਭਾਈ ਨਿਸ਼ਾਨ ਸਿੰਘ ਨੂੰ ਕਹਿਣ ਲੱਗਾ ਵੀ ਕੰਮ ਬੜਾ ਢਿੱਲਾ ਹੋਇਆ, ਇਹ ਘਰ ਪਰਿਵਾਰ ਹੀ ਨਹੀਂ ਰਹਿਣਾ, ਅਤੇ ਕਿਵੇਂ ਹੋਵੇ, ਵਿਚਾਰ ਕਰਨ ਲੱਗਾ। ਅਤੇ ਭਾਈ ਨਿਸ਼ਾਨ ਸਿੰਘ ਕਹਿੰਦੇ ਮਡਿਆਲੇ ਵਾਲੇ ਵੀ ਅਸਾਂ ਨੇ ਆਖਿਆ ਵੀ ਬਾਬਾ ਜੀ ਕੋ ਅਰਦਾਸ ਕਰਾਈਏ ਹਾਂ, ਅਤੇ ਬਾਬਾ ਪਾਲਾ ਸਿੰਘ ਜੀ ਦੇ ਕੋਲੋਂ ਅਰਦਾਸ ਕਰਾਈ। ਕਹਿੰਦੇ ਬਾਬਾ ਜੀ ਦਾ ਸੁਭਾਵ ਸੀ ਵੀ ਜਿਹਦੇ ਨਾਲ ਉਹਨਾਂ ਨੇ ਕਿਰਪਾ ਕਰਨੀ ਹੋਵੇ ਨਾ, ਉਹ ਘੱਟ ਕੂੰਦੇ ਹੁੰਦੇ ਸੀ ਅਤੇ ਪੈਰ ਤੋਂ ਲੈ ਕੇ ਸਿਰ ਤੱਕ ਵੇਹਦੇ ਹੁੰਦੇ ਸੀ, 2-4 ਵਾਰ ਬਚਨ ਕਰਨਾ, ਬਚਨ ਹੀ ਨਹੀਂ ਕਰਨਾ, ਉੱਧਰ ਹੀ ਨਹੀਂ ਦੇਣਾ ਜਿਹਦੇ 'ਤੇ ਉਹਨਾਂ ਨੇ ਕਿਰਪਾ ਕਰਨੀ ਹੁੰਦੀ ਸੀ। ਅਤੇ ਉਹਨਾਂ ਨੇ ਦੇਖਿਆ ਤੇ ਦੇਖ ਕੇ ਕਹਿਣ ਲੱਗੇ ਗੱਫਾ ਲਵਾਓ, ਸ਼ਰਦਾਈ ਛਕਾਓ, ਇਹਨੂੰ ਨਹੀਂ ਕੁਝ ਵੀ ਹੈਗਾ, ਇਹ ਠੀਕ ਹੀ ਹੈ। ਗੱਫਾ ਲਵਾਇਆ, ਸ਼ਰਦਾਈ ਛਕਾਈ, ਉਹੀ ਡਾਕਟਰ ਕਹਿਣ ਲੱਗੇ ਵੀ ਇਹਦੇ ਪੇਟ ਵਿੱਚ ਹੁਣ ਕੋਈ ਰੋਗ ਨਹੀਂ ਹੈ, ਆਖੂ ਸਤਨਾਮ ਸ਼੍ਰੀ ਵਾਹਿਗੁਰੂ, ਸਭ ਰਿਪੋਰਟਾਂ ਸਾਫ ਨੇ। ਏਡੇ ਉਹ ਮਹਾਂਪੁਰਖ ਸੀ, ਉਹਨਾਂ ਦੀ ਐਸੀ ਦ੍ਰਿਸ਼ਟ ਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅੰਮ੍ਰਿਤ ਵਰਸਦੀ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚੋਂ ਅੰਮ੍ਰਿਤ ਵਰਸਦਾ ਸੀ, ਅੰਮ੍ਰਿਤ ਭਰੀ ਉਹਨਾਂ ਦੀ ਨਿਗਾਹ ਸੀ ਉਹ ਮਹਾਂਪੁਰਖ ਦੀ। ਉਹ ਮਹਾਂਪੁਰਖ ਜਦੋਂ ਉਹਨਾਂ ਦਾ ਰੱਖੜ ਪੁੰਨਿਆਂ ਦਾ ਮੇਲਾ ਹੁਣੇ ਲੰਘਿਆ ਹੈ ਤੇ ਉਹ ਤੋਂ ਬਾਅਦ ਛੇਤੀ ਉਹ ਚਲੇ ਗਏ, ਤੇ ਉੱਥੇ ਗੁਰੂ ਖਾਲਸਾ ਜੀ ਇੱਕ ਮਾਈ ਆਈ ਤੇ ਡਾਕਟਰਾਂ ਨੇ ਦੱਸਿਆ ਸੀ ਵੀ ਸ਼ੂਗਰ ਹੋ ਗਈ ਆ ਤੇ ਸ਼ੂਗਰ ਦੇ ਨਾਲ ਗੁਰਦੇ ਵੀ ਫੇਲ ਹੋ ਗਏ ਨੇ, ਤੇ ਉਹਨਾਂ ਦਾ ਇੱਕ ਸੇਵਾਦਾਰ ਮਹਾਂਪੁਰਖਾਂ ਦੀ ਸੇਵਾ ਕਰਦਾ ਸੀ, ਰਿਸ਼ਤੇਦਾਰ ਸੀ ਉਹ ਬੀਬੀ ਦਾ, ਤੇ ਬੀਬੀ ਆਈ ਤੇ ਸੇਵਾਦਾਰ ਨੇ ਬੇਨਤੀ ਕੀਤੀ ਵੀ ਆਪਣੇ ਰਿਸ਼ਤੇਦਾਰ ਨੇ
डॉक्टर आप कुछ कहते ने तो बाबा जी कह लगे गफा छकाओ लस्सी छकाओ शरदाई छकाओ सब कुछ ठीक ही है। गप्पा छकाया लस्सी छकाई शरदाई छकाई ते जदों गुरु खालसा जी वो बीबी तुरन लगी चुक के लियाए चुके गड्डी दे भाया होवेगा तुरन लगी ते खून दी उल्टी आई ते वो दवा दवा डॉक्टरां दे कोल लै गए भी पता नहीं की हो गया है। डॉक्टर टेस्ट करके कह लगे ना शुगर ते ना गुरदे खराब आपको सतनाम श्री वाहेगुरु ठीक ही है लै जो इन्हों ऐसी उन्होंने महापुरुखों की दृष्टि में अमृत वरसदा गुरु के गफ्फियां दे नाल ही गुरु कियां शरदाइयां दे नाल ही वो महापुरुख वड्डियां वड्डियां दे रोग खंडदे सी। जिदन उन्हां महापुरुखों ने जाना सी लता उन्हां महापुरुखों दे कोई गुरु खालसा जी ढलियाई आ गई ते सिंह उदां दे जल दे नाल कई बार चरण धोंदे सी ते फिर दुध नाल धोण लग पे धवाउंदे रहे। जिदन गुरु खालसा जी उन्हां दा जाण दा वेला सी ते उदन सिंह दे हत्थों फड़ लिया बाटा कहि लगे अज नहीं हुण नहीं लोड धोण दी हुण ओ महाकाल महाकाल उहनूं कहिंदे जिहदे सिर ते फरला होवे फरले वाले सिंह नूं छका दिओ उहनूं छकाया करो। कहिण लगे बाबा जी चलिया गया कहिण लगे आवाज मार लो हुण दुध दा बाटा उहनूं छकाया करिओ आखो सतनाम श्री वाहिगुरु ते बचन पहलां ही उहनां ने इशारे कर दित्ते सी। जदों महिते आए ते कहिण लगे हुण महिते नहीं आउणा इह बचन कर दित्ता हुण नहीं आउणा अगली वार। असा ने सोचा भी शायद महापुरखों का ख्याल है भी पड़ा ज्यादा वधदे जांदे ने हुण आया नहीं जाना इधर। बाबे बकाले साहब दे नूं कहण लगे जोगी गए जंगल नूं मुड़ के नहीं आउंदे यार जी इहो जे बोल उन्होंने बोले एकरा चल गए फे नहीं आउणा। ते उह ऐसे अनखीले महापुरख ऐसे बचन दे धनी जिधर उन्हें महापुरखों ने संसार तो गुरु खालसा जी कूच करनी सी ना चिट्टे शेर एक सेवादार ने बाबा पाखर सिंह जी पूरे जिंदगी वो महापुरख ने सेवा चलाई है अज भी हाजिर है उन्हें कहन लगे पाखर सिंह सवेरे चाल आई खंड पाठ साहब आरंभ करा दियो आखो सतनाम श्री वाहिगुरु। तो कह लगे बाबा जी हुण ते 12:00 वज गया है पाठी नहीं मिलने कहिंदे इक हैगा उहनूं ही सद लो शुरू कराओ फौजा अकाल भेजेगा पाठी अकाल भेजेगा। पाठ शुरू होया अमृत वेले आप पौड़ियां चढ़े वो महापुरख नहीं तो शरीर करके डॉक्टरां दी निगाह करके ढलियाई इन्नी सी भी साह भी नहीं सी लिया जांदा उठ के गलाउणा किहड़ी गल सी साह भी लैणा मुश्किल सी आप पौड़ियां चढ़े जाके सिमरन कीता गुरबाणी सुनी अखंड पाठ दा जाप सुनिया ते आप आए ते भजन कीता हुण मेला बड़ा वेख लिया है जी करदा चलीए हुण इत्थों बड़ा संसार दा मेला गेला वेख लिया है। जिदन मद सी उदन वो संसार तो कूच कर गए संसार तो अलविदा कह गए ते सुनीदा सी भी फलाना महापुरख जदों संसार तो गया ते ओ महापुरख दस के गया भी मैं जहान तो चलिया है ये गल सुनी दी सी पर कई बार यकीन जिहा नहीं सी आउंदा भी असीं ते देखिया ही नहीं भी इदां किदां हो जू। एक महापुरख होए ने बाबा सोहन सिंह जी सुर सिंह वाले महापुरख ते उन्हां महापुरखां दा संत ज्ञानी करतार सिंह जी खालसा पिंडरां वाले उन्हां दे नाल दिली प्यार सी
ਤੇ ਬਚਨ ਕੀਤਾ ਦੋਨਾਂ ਮਹਾਂਪੁਰਖਾਂ ਨੇ ਵੀ ਜੇ ਮੈਂ ਪਹਿਲੋਂ ਗਿਆ ਤੇ ਮੈਂ ਦੱਸ ਕੇ ਜਾਊਂ, ਜੇ ਤੂੰ ਸੰਸਾਰ ਤੋਂ ਪਹਿਲਾਂ ਗਿਆ ਤੇ ਤੂੰ ਦੱਸ ਕੇ ਜਾਵੀਂ। ਤੇ ਬਚਨ ਕਰ ਲਿਆ ਸੀ। ਤੇ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ਼ ਸੀ ਬਾਬਾ ਸੋਹਣ ਸਿੰਘ ਸਾਹਿਬ ਜੀ। ਬਾਬੇ ਬਿਧੀ ਚੰਦ ਨੇ ਵੀ ਸੁੰਦਰ ਸ਼ਾਹ ਫਕੀਰ ਦੇ ਨਾਲ ਬਚਨ ਕੀਤਾ ਸੀ ਵੀ ਆਪਾਂ ਇਕੱਠੇ ਜਾਵਾਂਗੇ, ਤੇ ਇਕੱਠੇ ਗਏ। ਫਿਰ ਸੁਰ ਸਿੰਘ ਤੋਂ ਚੱਲ ਕੇ ਤੇ ਯੂਪੀ ਜਾ ਕੇ ਸਰੀਰ ਸੁੰਦਰ ਸ਼ਾਹ ਤੇ ਬਾਬੇ ਬਿਧੀ ਚੰਦ ਨੇ ਇਕੱਠਾ ਹੀ ਤਿਆ ਗਿਆ। ਉੱਥੇ ਦਵੇ ਥਾਂ ਇਕੱਠੇ ਹੀ ਹੈ, ਬਚਨ ਦੇ ਧਨੀ ਹੁੰਦੇ ਆ ਨਾ ਮਹਾਂਪੁਰਖ। ਤੇ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਨਾਲ ਬਾਬਾ ਸੋਹਣ ਸਿੰਘ ਜੀ ਨੇ ਬਚਨ ਕੀਤਾ ਸੀ ਵੀ ਇਕੱਠੇ ਜਾਵਾਂਗੇ। ਤੇ ਜਿੱਦਣ ਬਾਬਾ ਸੋਹਣ ਸਿੰਘ ਜੀ ਦਾ ਉਹ ਵੇਲਾ ਆਇਆ ਤੇ ਨਬਜ ਖਲੋ ਗਈ ਸਰੀਰ ਚੋਂ ਗੁਰੂ ਖਾਲਸਾ ਜੀ, ਸਵਾਸ ਸਾਹ ਸਤ ਮੁੱਕ ਗਏ ਤੇ ਬਾਬਾ ਜੀ ਬੈਠੇ ਬਚਨ ਕਰਦੇ ਹੈ। ਡਾਕਟਰ ਆਇਆ ਤੇ ਨਬਜ ਫੜ ਕੇ ਵੇਖੀ ਤੇ ਕਹਿਣ ਲੱਗਾ ਵੀ ਬਾਬਾ ਜੀ ਹੈ ਨੀ ਮੇਰੇ ਕਾਗਜ਼ਾਂ ਵਿੱਚ, ਇਹ ਚਲੇ ਗਏ ਹੈ, ਇਹ ਹੈ ਨੀ, ਇਹ ਚਲੇ ਗਏ ਹੈ। ਤੇ ਮਹਾਂਪੁਰਖ ਕਹਿਣ ਲੱਗੇ ਵੀ ਆਪਣੀ ਮਰਜ਼ੀ ਨਾਲ ਜਾਵਾਂਗੇ, ਅਸੀਂ ਬਚਨ ਕੀਤਾ ਹੈ ਉਹ ਨਿਭਾ ਕੇ ਜਾਣਾ ਹੈ। ਉਹਨਾਂ ਸਮਿਆਂ 'ਚ ਤਾਰ ਹੁੰਦੀ ਸੀ, ਤਾਰ ਕੀਤੀ ਤੇ ਬਾਬਾ ਜੀ ਸੰਤ ਗਿਆਨੀ ਕਰਤਾਰ ਸਿੰਘ ਜੀ ਬੰਬੇ ਸੀ, ਉੱਥੇ ਤਾਰ ਉੱਪੜੀ ਤੇ ਬਾਬਾ ਜੀ ਨੂੰ ਆਉਂਦਿਆਂ ਇੱਕ ਦੋ ਦਿਨ ਤੇ ਲੱਗੇ ਹੋਣਗੇ। ਤੇ ਜਦੋਂ ਮੁੜ ਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਆਏ, ਅਗੰਮੀ ਬਚਨ ਬਲਾਸ ਕੀਤੇ ਤੇ ਕਹਿਣ ਲੱਗੇ ਹੁਣ ਸਵੇਰੇ ਜਾਣਾ ਹੈ, ਆ ਜਿਓ ਸਾਰੇ। ਇਸ਼ਨਾਨ ਪਾਨ ਕੀਤਾ, ਨੇਮ ਕੀਤਾ, ਸਾਰੀ ਸੰਗਤ ਨੂੰ ਫਤਿਹ ਗਜਾ ਕੇ ਤੇ ਚਾਦਰ ਓੜ ਕੇ ਉੱਤੇ ਤੇ ਬਾਬਾ ਸੋਹਣ ਸਿੰਘ ਜੀ ਸੱਚਖੰਡ ਨੂੰ ਚਲੇ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਬਚਨ ਸੁਣੀ ਦਾ ਪਰ ਮੰਨਣ 'ਚ ਨਹੀਂ ਕਈ ਵਾਰ ਆਉਂਦਾ ਸੀ ਵੀ ਇੱਦਾਂ ਕਿੱਦਾਂ ਹੋ ਜੂਗਾ, ਕਿਉਂਕਿ ਤਰਕ ਬਿਰਤੀ ਹੋ ਗਈ ਹੈ ਨਾ ਵੀ ਇਹ ਕਿੱਦਾਂ ਹੋ ਸਕਦਾ। ਉਹ ਬਚਨ ਗੁਰੂ ਖਾਲਸਾ ਜੀ ਬਾਬਾ ਪਾਲਾ ਸਿੰਘ ਜੀ ਦੋਹਰੇ ਇਤਿਹਾਸ ਨੂੰ ਦੁਹਰਾ ਗਏ, ਦੋਹਰੇ ਦੋਹਰ ਪਾ ਗਏ ਵੀ ਹੋ ਸਕਦਾ ਹੈ, ਹੋ ਸਕਦਾ ਹੈ। ਜਕਾਰਾ ਗਜਾ ਕੇ ਫਤਿਹ ਗਜਾ ਕੇ ਤੇ ਫਿਰ ਉਹ ਮਹਾਂਪੁਰਖ ਸੰਸਾਰ ਤੋਂ ਕੂਚ ਕਰਕੇ ਗਿਆ ਹੈ, ਹੋ ਸਕਦਾ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਸਾਖੀ ਆਉਂਦੀ, ਆਮ ਮੈਂ ਇਹ ਬਚਨ ਸਭ ਥਾਈ ਕਰਦਾ ਹੈ, ਕਰਦਾ ਹੈ ਵੀ ਸਾਡੀ ਤਰਕ ਵਿਰਤੀ ਹਟ ਜਾਵੇ। ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਸੰਗ ਆਉਂਦਾ ਹੈ ਵੀ ਸੇਵਾ ਕਰਦਿਆਂ ਕਰਦਿਆਂ ਜਿਹੜੇ ਬਾਰਾਂ ਮਹਾਰਾਜ ਸਾਹਿਬ ਜੀ ਦਿੰਦੇ ਸੀ ਨਾ ਸਿਰੋਂ ਪਾਓ, ਬਾਰਾਂ ਸਾਲਾਂ 'ਚ ਬਾਰਾਂ ਦਿੱਤੇ। ਗੁਰੂ ਅਮਰਦਾਸ ਸਾਹਿਬ ਜੀ ਜਲ ਢੋਣ ਦੀ ਸੇਵਾ ਕਰਦੇ ਤੇ ਗੁਰੂ ਅੰਗਦ ਸਾਹਿਬ ਜੀ ਸਿਰੋਂ ਪਾਓ ਦਿੰਦੇ, ਇੱਕ ਦਿੰਦੇ, ਦੂਜਾ ਦਿੱਤਾ, ਤੀਜੇ ਸਾਲ ਤੀਜਾ, ਚੌਥੇ ਸਾਲ ਚੌਥਾ, ਤੇ ਉਹ ਬਾਰਾਂ ਹੀ ਸਿਰੋਂ ਪਾਓ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਸਿਰ ਤੇ ਬੰਨ ਲਏ। ਉਦੋਂ ਗੁਰੂ ਥੋੜ੍ਹਾ ਸੀ, ਅੱਜ ਹੀ ਦੁਨੀਆ ਮੰਨਦੀ ਹੈ ਨਾ ਵੀ ਬਾਬਾ ਪਾਲਾ ਸਿੰਘ ਮਹਾਂਪੁਰਖ। ਉਦੋਂ ਦੇ ਕਹਿੰਦੇ ਸੀ ਵੀ ਖੁਰਕ ਖਾਧਾ ਜਾਂ ਸਾਹ ਤੁਰਿਆ ਫਿਰਦਾ ਹੈ, ਇਹ ਵੀ ਬਚਨ ਕਹਿੰਦੀ ਦੁਨੀਆ ਮੈਂ ਸੁਣੀ ਜੇ, ਗਾਲਾਂ ਕੱਢਦੇ ਵੀ ਸੁਣੀ ਜੇ। ਦੋ ਮਹਾਂਪੁਰਖ ਹੋਏ ਨੇ, ਇੱਕ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਇੱਕ ਮਹਾਂਪੁਰਖ ਬਾਬਾ ਪਾਲਾ ਸਿੰਘ ਜੀ। ਇਹ ਦੋਨੋਂ ਮਹਾਂਪੁਰਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੀ, ਨੌਜਵਾਨ ਮੰਨਦੇ ਸੀ। ਇੱਕ ਉਹ ਮਹਾਂਪੁਰਖ ਨੂੰ ਮੰਨਿਆ ਤੇ ਇੱਕ ਇਹ ਮਹਾਂਪੁਰਖ ਨੂੰ ਮੰਨਿਆ। ਤੇ ਜੀਵਨ ਵੇਖੋ ਦੋਨਾਂ ਦਾ ਇਹੋ ਜਿਹਾ ਵੀ ਜੀਂਦਿਆਂ ਦੋਨਾਂ ਨੂੰ ਇਹ ਦੁਨੀਆਂ ਗਾਲਾਂ ਕੱਢਦੀ ਰਹੀ। ਜਿੱਦਣ ਗਏ ਹੈ ਘਰ ਘਰ ਦੋਨਾਂ ਮਹਾਂਪੁਰਖਾਂ ਦੇ ਦਿਵਸ ਮਨਾਏ ਜਾ ਰਹੇ ਨੇ। ਆਖੂ ਸਤਨਾਮ ਸ਼੍ਰੀ ਵਾਹਿਗੁਰੂ। ਸੰਤ ਗਿਆਨੀ ਜਰਨੈਲ ਸਿੰਘ ਨੂੰ ਜੀਂਦਿਆਂ ਕਿੰਨੇ ਮੰਨਿਆ, ਅੱਜ ਗਏ ਨੇ, ਅੱਜ ਉਹਨਾਂ ਮਹਾਂਪੁਰਖਾਂ ਦੀ ਗੈਰ ਹਾਜ਼ਰੀ ਦੇ ਵਿੱਚ ਹੀ ਗੁਰੂ ਖਾਲਸਾ ਜੀ
ਉਹਨਾਂ ਮਹਾਂਪੁਰਖਾਂ ਦੀਆਂ ਯਾਦਾਂ ਮਨਾਈਆਂ ਜਾ ਰਹੀਆਂ। ਬਾਬਾ ਪਾਲਾ ਸਿੰਘ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਹੀ ਅੱਜ ਗੁਰੂ ਖਾਲਸਾ ਜੀ ਉਹਨਾਂ ਦੀਆਂ ਮਿੱਠੀਆਂ ਯਾਦਾਂ ਪਿੰਡ ਪਿੰਡ ਮਨਾਈਆਂ ਜਾ ਰਹੀਆਂ ਨੇ। ਇਹ ਦੋਨੋਂ ਮਹਾਂਪੁਰਖ ਦਿਲਾਂ ਦੀ ਧੜਕਣ। ਤੇ ਗੁਰੂ ਅਮਰਦਾਸ ਸਾਹਿਬ ਜਦੋਂ ਸੇਵਾ ਕਰਦੇ ਸੀ ਉਦੋਂ ਗੁਰੂ ਥੋੜਾ ਸੀ, ਉਦੋਂ ਥੋੜਾ ਦੁਨੀਆ ਮੰਨਦੀ ਸੀ। ਉਦੋਂ ਤੇ ਇਹੋ ਹੀ ਗੱਲ ਕਹਿੰਦੀ ਸੀ ਨਾ ਵੀ ਨਾ ਉਹਨੇ ਰੋਟੀ ਨਹੀਂ ਦਿੱਤੀ ਤੇ ਕੁੜਮਾਂ ਦੇ ਘਰ ਆ ਕੇ ਕੁੜਮਾਂ ਦੇ ਟੁਕੜਿਆਂ ਦੇ ਉੱਪਰ ਇਹ ਪਲਦਾ ਪਿਆ ਹੈ, ਇਤਿਹਾਸ ਵਿੱਚ ਲਿਖਿਆ ਹੈ। ਤਾਨੇ ਮਿਹਨੇ ਮਾਰਦੀ ਸੀ, ਉਦੋਂ ਦੇ ਉਹ ਕੁਝ ਹੀ ਸੀ, ਮੰਨਦਾ ਕੌਣ ਸੀ। ਇਹ ਥੋੜਾ ਪਤਾ ਸੀ ਵੀ ਗੁਰੂ ਅੰਗਦ ਸਾਹਿਬ ਜੀ ਦੀ ਥਾਂ ਤੇ ਇਸੇ ਨੇ ਗੁਰੂ ਬਣ ਕੇ ਬਹਿ ਜਾਣਾ ਹੈ ਤੇ ਸਿਰ ਦੇ ਉੱਤੇ ਵਧੇ ਹੋਣੇ 12 ਸਰੋਪੇ ਦੇ ਐਡੀ ਪੱਗ ਤੇ ਘੜਾ ਚੁੱਕ ਕੇ ਲਿਆਉਣਾ। ਇਹੋ ਜਿਹੀ ਅਵਸਥਾ ਬਣ ਗਈ ਸੀ ਵੀ ਉਹਦੇ ਵਿੱਚ ਨਾ ਨਿਗੇ ਨਿਗੇ ਕੀੜੇ ਵੀ ਚੱਲ ਪਏ ਸੀ, ਕਿਉਂਕਿ ਜਲ ਪੈਂਦਾ ਰਵੇ ਤੇ ਜਲ ਜੰਤੂ ਪੈਦਾ ਹੋ ਜਾਂਦੇ। ਉਹਨੂੰ ਖੋਲਣਾ, ਹਵਾ ਲਵਾਉਣੀ ਤੇ ਫਿਰ ਉਹਨੂੰ ਬੰਨ ਲੈਣਾ ਘੁੱਟ ਕੇ ਵੀ ਗੁਰੂ ਦੇ ਸਰੂਪੇ ਨੇ। ਜਿੱਦਾਂ ਬਾਬਾ ਜੀ ਬਾਬਾ ਪਾਲਾ ਸਿੰਘ ਜੀ ਵੱਡੇ ਮਹਾਂਪੁਰਖਾਂ ਨੇ ਉਹਨਾਂ ਨੂੰ ਇੱਕ ਬਰਸ਼ੀ, ਇੱਕ ਬਾਟਾ ਤੇ ਇੱਕ ਚਾਦਰਾ ਦਿੱਤਾ ਸੀ, ਜਵਾਨ ਨੇ ਸਾਂਭ ਕੇ ਰੱਖਿਆ ਸਾਰੀ ਜ਼ਿੰਦਗੀ ਤੇ ਵੱਡਿਆਂ ਨੇ ਦਿੱਤਾ ਹੈ। ਇੱਕ ਨੇ ਬੰਦੂਕ ਚੜ੍ਹਾ ਦਿੱਤੀ ਮਹਾਂਪੁਰਖਾਂ ਨੂੰ, ਮਹਾਂਪੁਰਖੋ ਬੰਦੂਕ ਲੈ ਲਓ। ਕਹਿਣ ਲੱਗੇ ਮੈਂ ਕੀ ਕਰਨੀ ਹੈ, ਕਹਿਣ ਲੱਗੇ ਨੇ ਰੱਖ ਲਓ ਕੰਮ ਆਵੇਗੀ, ਦੁਨੀਆ ਵੈਰ ਵਿਰੋਧ ਬੜਾ ਕਰਦੀ ਹੈ। ਕਹਿਣ ਲੱਗੇ ਨਹੀਂ ਮੇਰੇ ਕੀ ਕੰਮ ਆਉਣੀ ਹੈ। ਜੇ ਉਹ ਮਹਾਂਪੁਰਖ ਨੇ ਕਹਿਣ ਲੱਗੇ ਚਲੋ ਜੇ ਤੂੰ ਚੜ੍ਹਾਉਣੀ ਆ ਤੇ ਚੰਡੇ ਦੇ ਭੇਟ ਕਰ ਦਿੰਦੇ ਹਾਂ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਬੰਦੂਕ ਚੰਡੇ ਦੇ ਰੱਖ ਦੇ। ਤੇ ਜਦੋਂ ਸੜ ਲੱਗੀ ਤੇ ਉਹ ਦਵਾ ਦਵ ਚੁੱਕੀ ਉਹਨੇ, ਉਹ ਕਹਿਣ ਲੱਗਾ ਮਹਾਂਪੁਰਖੋ ਏਡੀ ਮਹਿੰਗੀ ਬੰਦੂਕ ਤੁਸਾਂ ਚੰਡੇ ਦੇ ਭੇਟ ਕਰ ਦਿੱਤੀ ਹੈ। ਕਹਿਣ ਲੱਗੇ ਲੈ ਜਾਓ ਵੱਡੇ ਬਾਬਿਆਂ ਨੂੰ ਦੇ ਦਿਓ, ਸਾਡੇ ਨਹੀਂ ਕਿਸੇ ਕੰਮ ਹੈ। ਤੇ ਵਚਨ ਕੀਤਾ ਜਿਹੜੀ ਬਰਸ਼ੀ ਦਿੱਤੀ ਹੈ ਨਾ ਵੱਡੇ ਬਾਬਿਆਂ ਨੇ, ਇਹ ਸਾਡੀ ਤੋਪ ਹੈ, ਆਖੂ ਸਤਨਾਮ ਸ਼੍ਰੀ ਵਾਹਿਗੁਰੂ, ਇਹ ਤੋਪ ਹੈ, ਇਹਦੇ ਅੱਗੇ ਨਹੀਂ ਵੜੇਗਾ। ਇਹ ਤੋਪ ਦਿੱਤੀ ਹੈ ਵੱਡੇ ਬਾਬਿਆਂ ਨੇ, ਵੀ ਗੁਰੂ ਦੀ ਬਖਸ਼ਿਸ਼, ਮਹਾਂਪੁਰਖਾਂ ਦੀ ਬਖਸ਼ਿਸ਼ ਨੂੰ ਸੰਭਾਲ ਕੇ ਰੱਖਿਆ। ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਗੁਰੂ ਦੇ ਨਾਲ ਮੈਂ ਤੁਲਨਾ ਨਹੀਂ ਕਰ ਰਿਹਾ, ਤੁਲਨਾ ਨਹੀਂ ਸਮਝਣੀ, ਇੱਕ ਸੇਵਾਦਾਰ ਦਾ ਜੀਵਨ। ਗੁਰੂ ਅਮਰਦਾਸ ਸਾਹਿਬ ਜੀ ਨੇ ਕੈਸੀ ਸੇਵਾ ਤੇ ਬਾਬਾ ਜੀ ਨੇ ਕੈਸੀ ਸੇਵਾ, ਸੇਵਾਦਾਰਾਂ ਦਾ ਜੀਵਨ। ਉਹਨਾਂ ਦੇ ਵੀ ਗੁਰੂ ਖਾਲਸਾ ਜੀ ਸਿਰ ਵਿੱਚ ਕਿਰਮ ਚੱਲ ਪਈ ਸੀ, ਆੜੀ ਪੱਗ ਬੰਨਦੀ ਸੀ ਪਾਣੀ ਦੇ ਨਾਲ, ਤੇ ਇੰਨੀ ਸੇਵਾ ਦੀ ਮਸਤੀ ਬਾਬਾ ਪਾਲਾ ਸਿੰਘ ਜੀ ਦੀ ਸੀ ਕਿ ਲੱਤਾਂ ਦੇ ਵਿੱਚ ਗੁਰੂ ਖਾਲਸਾ ਜੀ ਕਿਰਮ ਚੱਲ ਪਈ ਸੀ। ਇਤਿਹਾਸ ਉੱਧਰ ਆ ਗਏ, ਕਈ ਵਾਰ ਇਸ ਗੱਲ ਦਾ ਵਿਰੋਧ ਵੀ ਹੋਇਆ ਵੀ ਆਹ ਕਿਵੇਂ ਹੋ ਸਕਦਾ ਏ, ਸਿਰ ਦੇ ਵਿੱਚ ਕਿੱਦਾਂ ਚੱਲ ਸਕਦੇ ਨੇ ਜੀਵ ਜੰਤੂ, ਤੇ ਸਾਨੂੰ ਵੀ ਜਵਾਬ ਦੇਣਾ ਔਖਾ ਹੋ ਜਾਂਦਾ ਸੀ। ਬਾਬਾ ਤਰਨਜੀਤ ਸਿੰਘ ਜੀ ਬੈਠੇ ਆ, ਇਹਨਾਂ ਨੂੰ ਪਤਾ ਵੀ ਜਵਾਬ ਦੇਣਾ ਔਖਾ ਹੋ ਜਾਂਦਾ ਸੀ ਵੀ ਕੀ ਜਵਾਬ ਦੇਈਏ ਇਹ ਗੱਲ ਦਾ। ਕਈ ਤਰ੍ਹਾਂ ਦੇ ਤਰਕ ਵਿਤਰਕ ਉੱਠਦੇ ਸੀ, ਪਰ ਗੁਰੂ ਖਾਲਸਾ ਜੀ ਬਾਬਾ ਪਾਲਾ ਸਿੰਘ ਜੀ ਦਾ ਜੀਵਨ ਉਹਨਾਂ ਤਰਕਾਂ ਦੇ ਪਾਣੀ ਫੇਰ ਗਿਆ, ਇਤਿਹਾਸ ਉੱਧਰ ਆ ਗਏ ਵੀ ਸੇਵਾ ਦੀ ਮਸਤੀ ਇੰਨੀ ਹੈ ਪੈ ਜਾਂਦੇ ਨੇ ਕਿਰਮਾਂ, ਲੱਤਾਂ 'ਚ ਪੈ ਗਏ ਸੀ ਤੇ ਕਿਹੋ ਜੀ ਦਇਆ ਸੀ, ਕਿਰਮ ਉੱਭਰ ਕੇ ਬਾਹਰ ਨੂੰ ਆਇਆ ਲੱਤ 'ਚੋਂ। ਬੜੇ ਬੜੇ ਸੰਤ ਵੇਖੇ ਨੇ, ਮਹਾਂਪੁਰਖ ਵੇਖੇ ਨੇ, ਜਦੋਂ ਦੂਜੇ ਨੂੰ ਦੁੱਖ ਆਵੇ ਤੇ ਕਹਿ ਦੇਣਾ ਵੀ ਕੋਈ ਨੀ ਰੱਬ ਦਾ ਭਾਣਾ ਮੰਨੀਦਾ ਹੈ, ਮੈਂ ਵੀ ਕਹਾਂਗਾ ਕੋਈ ਨੀ ਭਾਣਾ ਮੰਨੋ। ਜਿੱਦਣ ਆਪਣੇ ਦੇ ਆਵੇ ਭਾਣਾ ਮੰਨਣਾ ਉਦਣ ਔਖਾ ਹੁੰਦਾ ਜੀ, ਦੂਜੇ ਦੇ ਕਰਮ ਪੈ ਜਾਣੇ ਕਹਿਣਾ ਭਾਣਾ ਮੰਨੀਦਾ ਹੈ ਸੌਖੀ ਗੱਲ ਹੈ, ਉਹਦੇ ਆਪਣੇ ਕਰਮ ਪਏ ਤੇ ਕਰਮ ਉੱਭਰ ਕੇ ਬਾਹਰ ਨੂੰ ਆਇਆ ਤੇ ਉਹ ਮਹਾਂਪੁਰਖ ਕਹਿਣ ਲੱਗਾ
ਧੱਕ ਕੇ ਕਿਰਮ ਨੂੰ ਅੰਦਰ ਵਾੜ ਕੇ, ਤੇਰੀ ਜਗ੍ਹਾ ਅੰਦਰ ਹੈ ਬਾਹਰ ਨੀ, ਤੇਰਾ ਪਹਿਰਾ ਲਾਇਆ ਇਹ ਰੱਬ ਨੇ ਮੈਨੂੰ ਖਾਣ ਦਾ ਖਾਂਦਾ ਕਿਉਂ ਨੀ, ਇਹ ਦੇਹ ਕੰਮ ਕਿਹੜੇ ਆਉਣੀ ਹੈ, ਤੂੰ ਕਿੱਥੋਂ ਖਾਣਾ ਹੈ। ਇਹ ਮਹਾਂਪੁਰਖ ਦਾ ਜੀਵਨ, ਇਹ ਸੇਵਾ ਦੀ ਮਸਤੀ, ਮਸਤੀ ਵਿੱਚ ਐਸਾ ਹੋ ਜਾਂਦਾ ਹੈ। ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਇਹ ਨਿਸ਼ਕਾਮਤਾ ਵਾਲੀ ਸੇਵਾ ਹੈ। ਸੇਵਾ ਕਰਦਿਆਂ ਕਰਦਿਆਂ ਗੁਰੂ ਖਾਲਸਾ ਜੀ ਸਰੀਰ ਦੀ ਵੀ ਕੋਈ ਸ਼ੁੱਧੀ ਨਾ ਰਹਿਣੀ, ਸਰੀਰ ਦੀ ਸ਼ੁੱਧ ਬੁਰਧ ਭੁੱਲ ਹੀ ਜਾਣੀ, ਵੀ ਮੈਂ ਕੌਣ ਹੈ, ਮੈਂ ਕੀ ਕਰਦਾ ਹੈ, ਬਸ ਸੇਵਾ ਨੂੰ ਹੀ ਆਪਣਾ ਆਧਾਰ ਆਪਣੇ ਜੀਵਨ ਦਾ ਉਹ ਮਹਾਂਪੁਰਖ ਨੇ ਆਸਰਾ ਬਣਾ ਲਿਆ, ਬਸ ਸੇਵਾ 'ਚ ਹੀ ਲੱਗਾ ਰਿਹਾ। ਸੇਵਾ ਕਰਦਿਆਂ ਕਰਦਿਆਂ ਉਹ ਮਹਾਂਪੁਰਖ ਨੇ ਗੁਰੂ ਖਾਲਸਾ ਜੀ ਆਪਣੇ ਮਨ ਨੂੰ ਸਾਧ ਲਿਆ ਸੀ, ਉਹ ਅਸਲੀ ਸਾਧ ਸੀ। ਘਰਦਿਆਂ ਨੇ ਨਾਂ ਰੱਖਿਆ ਸੀ ਪਾਲਾ ਸਿੰਘ, ਪਾਲਾ ਦਾ ਅਰਥ ਹੁੰਦਾ ਇਹ ਪਾਲਣ ਵਾਲਾ, ਜਿਹੜਾ ਦੁਨੀਆਂ ਨੂੰ ਪਾਲੇ, ਤੇ ਉਹ ਮਹਾਂਪੁਰਖ ਨੇ ਦੁਨੀਆਂ ਨੂੰ ਪਾਲ ਕੇ ਵਿਖਾਲ ਦਿੱਤਾ, ਉਹਨੇ ਨਾਂ ਸਫਲਾ ਕਰ ਲਿਆ। ਕੱਲ ਵੀ ਮੈਂ ਭਰਤ ਬੇਨਤੀ ਕੀਤੀ ਸੀ ਕਿ ਨਾਂ ਰਖਾਉਣ ਦੇ ਨਾਲ ਕੁਝ ਨਹੀਂ ਜੇ ਹੁੰਦਾ, ਨਾਂ ਤੇ ਰਖਾ ਲਿਆ ਸੇਵਾ ਸਿੰਘ ਤੇ ਪਾਣੀ ਦਾ ਗਲਾਸਾ ਕਿਸੇ ਨੂੰ ਫੜਾ ਕੇ ਨਹੀਂ ਵੇਖਿਆ। ਨਾਮ ਗੁਰਮੁਖ ਸਿੰਘ ਰਖਾ ਲਿਆ ਤੇ ਕੰਮ ਮਨਮੁੱਖਾਂ ਦੇ ਨਾਲੋਂ ਵੀ ਭੈੜੇ, ਨਾਂ ਰਖਾਉਣ ਦੇ ਨਾਲ ਕੁਝ ਨਹੀਂ ਹੁੰਦਾ। ਕਈਆਂ ਨੇ ਨਾਨਕ ਸਿੰਘ ਵੀ ਨਾਂ ਰਖਾਇਆ ਇਹ, ਪਰ ਗੁਰੂ ਨਾਨਕ ਥੋੜਾ ਬਣ ਗਏ। ਕਈਆਂ ਨੇ ਗੋਬਿੰਦ ਸਿੰਘ ਵੀ ਨਾਂ ਰਖਾਇਆ ਇਹ, ਪਰ ਗੁਰੂ ਗੋਬਿੰਦ ਸਿੰਘ ਥੋੜਾ ਬਣ ਗਏ। ਉਹ ਕਿਰਦਾਰ ਚਾਹੀਦਾ ਇਹਦਾ, ਉਹਦੇ ਘਰਦਿਆਂ ਨੇ ਨਾਂ ਰੱਖਿਆ ਸੀ ਪਾਲਾ, ਤੇ ਪਾਲਾ ਕੌਣ ਹੈ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾ ਕੋ ਦਹਿ ਹੈ, ਇਹ ਪਾਲਾ ਦੀ ਵਿਆਖਿਆ ਹੈ। ਜਾਨ ਮੈਨੇ ਗਿਆਨੀ ਨੂੰ ਵੀ ਦੇਵੇ ਤੇ ਅਜਾਨ ਮੈਨੇ ਅਗਿਆਨੀ ਨੂੰ ਵੀ ਦੇਵੇ। ਜਾਨ ਫਾਰਸੀ ਵਿੱਚ ਜਾਨੀ ਮਿੱਤਰ ਨੂੰ ਕਹਿੰਦੀ ਹੈ, ਮਿੱਤਰ ਨੂੰ ਵੀ ਦੇਵੇ ਤੇ ਅਜਾਨ ਵੈਰੀ ਨੂੰ ਵੀ ਦੇਵੇ। ਜ਼ਮੀਨ ਦਿਆਂ ਲੋਕਾਂ ਨੂੰ ਵੀ ਦੇਵੇ ਤੇ ਜਮਾ ਅਸਮਾਨ ਦੀ ਲੁਕਾਈ ਨੂੰ ਵੀ ਦੇਵੇ, ਉਹਨੂੰ ਗੁਰੂ ਖਾਲਸਾ ਜੀ ਪਾਲਾ ਕਹਿੰਦੇ ਹੈ। ਉਹਨੂੰ ਪ੍ਰਤਪਾਲ ਸ਼ਬਦ ਕਰਕੇ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੈ ਤੇ ਦਸਮ ਬਾਣੀ ਦੇ ਵਿੱਚ ਵੀ ਉਹਨੂੰ ਪ੍ਰਤਪਾਲ ਕਰਕੇ ਲਿਖਿਆ ਹੈ। ਪ੍ਰਤ ਗੁਰੂ ਖਾਲਸਾ ਜੀ ਸੰਸਕ੍ਰਿਤ ਭਾਸ਼ਾ ਦੀ ਅਗੇਤਰ ਹੈ ਤੇ ਪਾਲ ਦਾ ਅਰਥ ਹੁੰਦਾ ਇਹ ਪਾਲਣਾ। ਇਸ ਸ਼ਬਦ ਨੂੰ ਸਮਝਿਓ, ਪ੍ਰਤ ਦਾ ਅਰਥ ਹੁੰਦਾ ਇਹ ਸਾਹਮਣੇ, ਸੰਸਕ੍ਰਿਤ ਦੀ ਅਗੇਤਰ ਹੈ। ਸੰਸਕ੍ਰਿਤ ਵਿੱਚ ਇਹਨੂੰ ਕਹਿੰਦੇ ਆ ਉਪਸਰਗ, ਜਿਹੜੀ ਅੱਗੇ ਲੱਗੇ ਉਹ ਉਪਸਰਗ, ਜਿਹੜੀ ਪਿੱਛੇ ਲੱਗੇ ਉਹ ਪ੍ਰਤਿਆ। ਪੰਜਾਬੀ ਦੀ ਵਿਆਕਰਨ ਵਿੱਚ ਇਹਨੂੰ ਅਗੇਤਰ ਤੇ ਪਿਛੇਤਰ ਕਹਿੰਦੀ ਹੈ, ਮੂਲ ਸ਼ਬਦ ਅਗੇਤਰ ਤੇ ਪਿਛੇਤਰ। ਪ੍ਰਤ ਅਗੇਤਰ ਹੈ, ਇਹ ਅੱਗੇ ਲੱਗਦੀ ਹੈ ਤੇ ਪਾਲ ਮੂਲ ਸ਼ਬਦ ਹੈ ਤੇ ਪ੍ਰਤ ਦਾ ਅਰਥ ਹੁੰਦਾ ਇਹ ਸਾਹਮਣੇ, ਜੋ ਸਾਹਮਣੇ ਆ ਗਿਆ ਭਾਵੇਂ ਵੈਰੀ ਹੈ ਭਾਵੇਂ ਮਿੱਤਰ ਹੈ, ਉਹਦੀ ਪਾਲਣਾ ਕਰਨ ਵਾਲਾ ਪ੍ਰਤ ਪਾਲ ਹੈ ਆਪੂ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਵੀ ਸਾਹਮਣੇ ਆ ਗਿਆ, ਭਾਵੇਂ ਵੈਰੀ ਸਾਹਮਣੇ ਆ ਗਿਆ ਤੇ ਭਾਵੇਂ ਮਿੱਤਰ ਸਾਹਮਣੇ ਆ ਗਿਆ, ਜਿਹੜਾ ਵੀ ਆ ਗਿਆ ਬਸ ਪਾਲਣਾ ਹੈ। ਇਹ ਨਹੀਂ ਵੇਖਣਾ ਇਹ ਆਕਾਸ਼ ਵਿੱਚ ਰਹਿਣ ਵਾਲਾ ਏ, ਇਹ ਜ਼ਮੀਨ ਤੇ ਰਹਿਣ ਵਾਲਾ ਏ, ਇਹ ਪਾਣੀ ਵਿੱਚ ਰਹਿਣ ਵਾਲਾ ਏ, ਇਹ ਨਹੀਂ ਵੇਖਣਾ। ਇਹ ਨਹੀਂ ਵੇਖਣਾ ਵੀ ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਸਿੱਖ ਹੈ, ਇਹ ਈਸਾਈ ਹੈ। ਪ੍ਰਤਪਾਲ, ਉਹ ਪ੍ਰਤਪਾਲ ਹੈ ਮਹਾਂਪੁਰਖ ਬਾਬਾ ਪਾਲਾ ਸਿੰਘ ਜੀ ਦੇ ਵਿੱਚ ਇਹ ਗੁਣ ਸੀ, ਭਾਵੇਂ ਇਹ ਗੁਣ ਅਕਾਲ ਪੁਰਖ ਦਾ ਹੈ।
पर जेड़े अकाल पुरख नूं मन्नदे ने उन्हां विच गुरु खालसा जी ये गुण आ जांदे ने। जेड़े उन्हूं मन्नदे ने ना उन्हां विच अकाल दे गुण आ जांदे ने। अकाल दा गुण है पालना, ये गुण बाबे पाला सिंह जी ने धारण किया सी। उहदे सामने जिहड़ा आ गया उन्हूं पालिया, कला गऊआं दा थोड़ा मसीहा सी, उन्हें दे बुचड़ां दे कोलों मैरू भी छड़ाए सी, उहदे पंथ दे विच ते बकरियां भी सी, भेडू भी सी, कुत्ते भी नाल रहिंदे सी उहदे दे। कीड़ियां दा भाव वेख्या ते उत्थे खंड दे ढेर लवा देने। ਉਹ ਮਹਾਂਪੁਰਖ ਨੇ ਦੇਖਿਆ ਬੱਕਰੀਆਂ ਭੇਡਾਂ ਨੂੰ ਤੇ ਉਹਨਾਂ ਦੇ ਅੱਗੇ ਹਰਿਆ ਘਾਹ। ਉਹ ਮਹਾਂਪੁਰਖ ਨੇ ਵੇਖਿਆ ਵੀ ਦਰਿਆ ਦੇ ਵਿੱਚ ਮੱਛੀਆਂ ਨੇ ਤੇ ਉਹਨਾਂ ਵਾਸਤੇ ਸੌਗੀ ਬਦਾਮ ਖਸ ਖਸ, ਤੇ ਕਹਿ ਦੇਣਾ ਵੱਡੇ ਪੀਰ ਦੇ ਹਾਜ਼ਰ ਕਰ ਦਿਓ। ਜਿਹੜੀ ਰਸਤਾ ਆਉਣੀ ਕਹਿਣਾ ਵੱਡੇ ਪੀਰ ਦੇ ਹਾਜ਼ਰ ਕਰ ਦਿਓ। ਦਰਿਆ ਨੂੰ ਗੁਰੂ ਖਾਲਸਾ ਜੀ ਉਹ ਵੱਡਾ ਪੀਰ ਕਹਿੰਦੇ ਹੁੰਦੇ, ਉਹਨੇ ਸਾਰਿਆਂ ਨੂੰ ਪਾਲਿਆ, ਉਹਨੇ ਕੋਈ ਦੁਈ ਦਵੈਤ ਨਹੀਂ ਰੱਖੀ ਕਿਸੇ ਦੇ ਨਾਲ ਵੀ ਆਹ ਮਾੜਾ ਏ ਆਹ ਚੰਗਾ ਏ। ਗਰੀਬਾਂ ਨਾਲ ਜਰਾਨਾ ਰੱਖਿਆ ਉਹਨੇ, ਆਪ ਨਹੁੰ ਲਾਉਣੇ ਕੋਈ ਗਰੀਬ ਬਜ਼ੁਰਗ ਵੇਖਣਾ ਤੇ ਉਹਦੇ ਨਹੁੰ ਲਾਉਣੇ, ਉਹਦੇ ਕੇਸਾਂ ਵਿੱਚ ਕੰਘਾ ਕਰਨਾ, ਕੇ ਤੇਲ ਲਾਉਣਾ, ਬਸਤਰ ਧੋ ਦੇਣੇ ਮਸਤਾਨਿਆਂ ਦਵਾਨਿਆਂ ਦੇ, ਉਹਨਾਂ ਨੂੰ ਮਾਮਲੇ ਪੈਸੇ ਦੇਣੇ। ਇਹ ਉਹ ਮਹਾਂਪੁਰਖ ਦਾ ਜੀਵਨ ਸੀ। ਗੁਰਬਾਣੀ ਵਿੱਚ ਇੱਕ ਬਚਨ ਹੈ, ਗੁਰ ਕੈ ਬਚਨ ਬਸੈ ਜੀ ਅਨਲ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਲ। ਜਿਹਦੇ ਹਿਰਦੇ ਵਿੱਚ ਗੁਰੂ ਦਾ ਬਚਨ ਵੱਸ ਗਿਆ ਏ, ਗੁਰੂ ਦਾ ਸ਼ਬਦ ਵੱਸ ਗਿਆ ਏ, ਉਹਨੂੰ ਜਲ ਡੋਬ ਨਹੀਂ ਸਕਦਾ। ਉਹ ਮਹਾਂਪੁਰਖ ਨੂੰ ਅੱਗ ਸਾੜ ਨਹੀਂ ਜੇ ਸਕਦੀ, ਉਹ ਮਹਾਂਪੁਰਖ ਨੂੰ ਕੋਈ ਲੁੱਟ ਨਹੀਂ ਜੇ ਸਕਦਾ, ਉਹਨੂੰ ਕਿਸੇ ਦਾ ਡਰ ਡੁੱਕਰ ਨਹੀਂ ਜੇ। ਉਹ ਮਹਾਂਪੁਰਖ ਬਾਬਾ ਪਾਲਾ ਸਿੰਘ ਸੀ, ਉਹਨੂੰ ਅੱਗ ਵੀ ਨਹੀਂ ਸੀ ਸਾੜਦੀ। ਗਰਮੀਆਂ ਦੇ ਵਿੱਚ ਮਾਈਆਂ ਰੋਟੀਆਂ ਲਾਉਂਦੀਆਂ ਨੇ ਤੇ ਚੁੱਲ੍ਹੇ ਦੇ ਲਾਗੇ ਬਹਿਣਾ ਔਖਾ ਹੋ ਜਾਂਦਾ ਹੈ। ਦੋ ਜੀ ਕਿਤੇ ਘਰ ਵਾਲੇ ਦੇ ਨਾਲ ਆ ਜਾਣ ਤੇ ਮੈਂ ਕਹਿੰਦੀਆਂ ਮਾਈਆਂ ਸੁਣੀਆਂ ਜੇ, ਮੇਥੋਂ ਤੇ ਤੇਰਾ ਸਿਆਪਾ ਨਹੀਂ ਸੀ ਹੁੰਦਾ, ਕਿੱਧਰੋਂ ਲੈ ਜਾਏ, ਇਹਦਾ ਸਿਆਪਾ ਕਿੱਦਾਂ ਕਰੀਏ। ਇੰਨਾ ਗੁਰੂ ਖਾਲਸਾ ਜੀ ਸੇਕ ਹੁੰਦਾ ਹੈ, ਬਹਿਣਾ ਔਖਾ ਹੈ। ਗਰਮੀਆਂ ਦੇ ਵਿੱਚ ਉਹ ਮਹਾਂਪੁਰਖ ਚੰਡੇ ਦੇ ਲਾਗੇ ਬਹਿੰਦਾ ਸੀ, ਸਿਆਲ ਦੇ ਵਿੱਚ ਉਹ ਮਹਾਂਪੁਰਖ ਠੰਡੇ ਪਾਣੀ ਵਿੱਚ ਬਹਿੰਦਾ ਸੀ। ਉਹਨੂੰ ਅੱਗ ਵੀ ਨਹੀਂ ਸੀ, ਜਲ ਵੀ ਨਹੀਂ ਸੀ ਡੋਬਦਾ, ਜਲ ਵੀ ਰਾਹ ਦਿੰਦਾ ਸੀ। ਜਿੱਦਣ ਗੁਰੂ ਖਾਲਸਾ ਜੀ ਉਹਦਾ ਅੰਤਲਾ ਸਮਾਂ ਸੀ, ਅੰਗੀਠਾ ਇਕੱਠਾ ਕਰਕੇ ਜਲ ਵਿੱਚ ਵਿਸਰਜਨ ਕਰਨਾ ਸੀ, ਜਲ ਪ੍ਰਵਾਹ ਕਰਨਾ ਸੀ ਬਿਆਸਾ ਦਰਿਆ ਵਿੱਚ, ਤੇ ਸਵੇਰੇ ਮਲਾਵਾਂ ਨੂੰ ਪੁੱਛਿਆ ਵੀ ਜਲ ਕਿੰਨਾ ਕਿੰਨਾ ਹੈ, ਤਾਂ ਕਹਿਣ ਲੱਗੇ ਦੋ ਦੋ ਬੰਦੇ। ਨਵਾਸ ਲਾ ਕੇ ਦੇਖਿਆ, ਕਹਿਣ ਲੱਗੇ ਦੋ ਦੋ ਬੰਦੇ। ਪੰਜ ਕੁ ਫੁੱਟ ਦਾ ਵੀ ਬੰਦਾ ਮੰਨੋ ਤੇ ਦਸ ਬਾਰਾਂ ਫੁੱਟ ਤੇ ਜਲ ਹੈਗਾ ਸੀ। ਤੇ ਜਦੋਂ ਗੁਰੂ ਖਾਲਸਾ ਜੀ ਉਹਨਾਂ ਦਾ ਅੰਗੀਠਾ ਗਿਆ ਤੇ ਜਲ ਦੇ ਵਿੱਚ ਅੰਗੀਠਾ ਪ੍ਰਵਾਹ ਕਰਨ ਲੱਗੇ, ਤੇ ਉਹੀ ਜਲ ਗੁਰੂ ਖਾਲਸਾ ਜੀ ਆ ਛਾਤੀਆਂ ਜਿੰਨਾ ਗੋਡਿਆਂ ਤੱਕ ਹੋ ਗਿਆ। ਕੋ ਸਤਨਾਮ ਸ੍ਰੀ ਵਾਹਿਗੁਰੂ। ਕਈ ਸਿੰਘਾਂ ਨੇ ਗਾਂਹ ਜਾ ਕੇ ਉਹਨਾਂ ਦਾ ਅੰਗੀਠਾ ਜਲ ਪ੍ਰਵਾਹ ਕੀਤਾ, ਪਾਣੀ ਵੀ ਨੀਵਾਂ ਹੋ ਗਿਆ ਉਹਨਾਂ ਨੂੰ ਵੇਖ ਕੇ। ਸਾਖੀ ਮਿਲਦੀ ਆ ਅਟਕ ਦਰਿਆ ਦੀ, ਸਿੰਘ ਨੇ ਅਰਦਾਸ ਕੀਤੀ ਤੇ ਅਟਕ ਦਾ ਦਰਿਆ ਨੀਵਾਂ ਹੋ ਗਿਆ, ਤੇ ਕਿੰਤੂ ਕਰਨ ਵਾਲਿਆਂ ਨੇ ਆਖਿਆ ਸਰਸਾ ਕਿਉਂ ਨਾ ਨੀਵੀਂ ਹੋਈ, ਕਿਉਂਕਿ ਤਰਕ ਵਿਰਤੀ ਹੈ ਨਾ। ਤੇ ਗੁਰੂ ਖਾਲਸਾ ਜੀ ਇੱਥੇ ਵੀ ਕਈ ਵਾਰ ਜਵਾਬ ਦੇਣਾ ਔਖਾ ਹੋ ਜਾਂਦਾ ਸੀ, ਪਰ ਸਹਿ ਬਾਬਾ ਪਾਲਾ ਸਿੰਘ ਜੀ ਕਰਕੇ ਵਿਖਾ ਗਏ। ਜਦੋਂ ਰੱਬ ਦੇ ਪਿਆਰੇ ਜਾਂਦੇ ਨੇ ਉਦੋਂ ਜਲ ਵੀ
नीवा हो जाता है, वह भी राह दे दिता है, वह करके विखा गए पुत्र दे गए। एक गल गुरु खालसा जी, गुरु ते भगत दे विच बड़ा फर्क हुंदा जी, गुरु विच भगत विच बड़ा फर्क हुंदा जी। गुरु दे किरदार नूं भगतां ते सिखां दे नाल ना रलाया करो, सिखां दे किरदार नूं गुरु दे नाल ना रलाया करो, फर्क इन्ना ही है। गुरु दा किरदार ते सिख दा किरदार ते भगत दा किरदार, गुरु जिहड़ा है वह अजर शक्ति उहदे कोल हुंदी है ते जरना दिखाउंदा है। हुण गुरु अर्जन देव पातशाह की नहीं सी कर सकदे, तत्ती तवी ते बह गए, उन्हां दा कौतक है। उन्होंने गुरु खालसा जी हद विखा दित्ती भाणा मन्नण दी, वी इत्थों तक भी दुख आ जाए ते भाणा मन्नणा है, कोल हुंदिआं ताकत नूं विखाउणा नहीं। ते हुण भगत कबीर साहब का जीवन पढ़ो, गुरु ग्रंथ साहब दे विचों कबीर साहब नू तत्ती तवी ते नहीं सी भालिया, मुश्कां बदियां सी ऐ पिछले बन्ने संगलां दे नाल बाहवां ही बदियां सी, ते बन के उच्चे पहाड़ तो गंगा दियां लहरां च सुटिया सी, ते उहने आखिया सी वी सारी जिंदगी तेरी भगती कीती ते गंगा च डोब के मारना ही, गंगा की लहर मेरी टुटी जंजीर, मृग छाला पर बैठे कबीर। ते रब ने वो जंजीरां तोड़ के ते मृग छाला ते बहाल दिता कबीर ने। हुण कहोगे भी कबीर जिहड़ा वो झूठा है, उहदी बाणी गुरु ग्रंथ साहिब चों कढ दिओ, उहनें भाणा नहीं मन्निया रब दा, कढ दिओ वे कबीर साहिब दी बाणी गुरु ग्रंथ साहिब दे विचों। गुरु अर्जन देव नूं भाई गुरदास ने भट्टा ने सतगुरु लिखिया है, श्री सतगुरु लिखिया है, श्रोमणी सतगुरु, श्री सतगुरु प्रसन्न पाए, श्री सतगुरु लिखिया है। सतगुरु ही बड़े सी, पर श्री श्रोमणी है गुरु रामदास, गुरु अर्जन देव पातशाह जी, उन्होंने भाणा मन्नण की अवधि दिखा दिती, ओड़क दिखा दिती, ते भगतां नूं भगत लिखिया है। ये फर्क रखिया है, भगत की अवस्था होर है, भगतां ने दिखाई अरदास की अवधि, ये अरदास करे ते रब एहो जे बिखम समें विचों रख लैंदा है। गुरु ने दिखाई गुरु खालसा जी रजा की अवधि, अवधि का अर्थ हुंदा है ओड़क, इत्थों तक रजा मननी है, वखरा वखरा किरदार है। ते साहिब जी ने भगत नूं लिखिया श्री कबीर, भट्टा ने गुरु नूं लिखिया श्री सतगुरु, क्योंकि इन्हां ने ओड़क दिखा दित्ती। ते बाबा पाला सिंह जी, उन्हां ने सेवा दी ओड़क दिखा दित्ती भी इत्थों तक सेवा हो सकदी जी, लत्तां च कीड़े भी पै जाण ते तां वी सेवा तों पिछे नहीं झिड़ना। इनू कहिंदे जे सेवक की ओड़क निभी प्रीत, एदा नाम जे ओड़क तक अखीर तक प्रीति निभाउणी, ओड़क विखा देना, सिद्धा जिहा अर्थ ते उही है कि जन्म तो लैके अखीर तक उहदी निभगी, सिद्धा जिहा अर्थ इह है। पर सेवक की ओड़क निभी प्रीत, ओड़क अखीर तक, ये भाणा मनन नूं तुरे ते भाणा कित्थों क तक मनना है, तत्तियां तवियां ते बाल देन ते तां वी कहना है तेरा किया मीठा लागै, चार पुत मार देन ते कहना चेहा शुद्ध के चूं बचगा कुश्ता चार, के बाकी बेमां दस्त पेची दह मार, चार मोए तो क्या भया जीवत कई हजार। ए है ओड़क, ते अरदास दी ओड़क की, जे कोई बाहवां बन के ते उच्चे पहाड़ तो गंगा च धक्का दे दे ना, ते कोई अरदास करे ते रब उत्थे भी रख लैंदा जे। ए है ओड़क, ए है अखीर। गुरु दा किरदार वखरा है, भगत दा किरदार वखरा है।
ਗੁਰੂ ਦੇ ਅੱਗੇ ਸਰਸਾ ਚੜੀ, ਕਿਉਂ ਨਹੀਂ ਠਾਂ ਕੀਤੀ? ਉਹਨੇ ਰਜ਼ਾ ਦੀ ਓੜਕ ਵਿਖਾਲਣੀ ਸੀ, ਉਹਨੇ ਵਿਖਾਲਣਾ ਸੀ ਵੀ ਮੇਰੇ ਚਾਰ ਕੋਏ ਜਾਣੇ ਹੈ ਤੇ ਮੈਂ ਭਾਣਾ ਮੰਨ ਕੇ ਵਿਖਾਲਣਾ ਹੈ। ਉਹਨੇ ਓੜਕ ਵਿਖਾਲਣੀ ਸੀ। ਸਿੱਖ ਨੇ ਅਰਦਾਸ ਕੀਤੀ ਤੇ ਅੜਕ ਠਾਂ ਕਿਉਂ ਹੋ ਗਿਆ? ਉਹਨੇ ਅਰਦਾਸ ਦੀ ਓੜਕ ਵਿਖਾਲਣੀ ਸੀ ਵੀ ਜੇ ਬਾਬੇ ਦੇ ਅੱਗੇ ਅਰਦਾਸ ਕੀਤੀ ਜਾਵੇ ਤੇ ਵੱਡੇ ਵੱਡੇ ਦਰਿਆ ਰਾਹ ਦੇ ਜਾਂਦੇ ਨੇ। ਉਹ ਵੱਖਰੀ ਹੈ, ਉਹ ਵੱਖਰੀ ਹੈ, ਕਿਰਦਾਰ ਵੱਖੋ ਵੱਖਰਾ ਹੈ। ਇਸ ਵਾਸਤੇ ਗੁਰੂ ਖਾਲਸਾ ਜੀ ਰਤਾ ਰਤਾ ਗੱਲ 'ਤੇ ਕੋਈ ਸ਼ੰਕਾ ਨਹੀਂ ਕਰਨੀ। ਰੱਬ ਦੇ ਪਿਆਰੇ ਰੱਬ ਵਰਗੇ ਹੀ ਹੁੰਦੇ ਨੇ। ਗੋਇਆ ਅਗਰ ਈ ਚਸ਼ਮੇ ਤੋ ਮੁਸ਼ਤਾ ਕੇ ਅਸਤ ਮਰਦਾਨੇ ਖੁਦਾ ਖੁਦਾ ਨੁਮਾ ਅਸਤ ਨੰਦ ਲਾਲਾ, ਜੇ ਤੇਰੇ ਨੇਤਰ ਚਾਹੁੰਦੇ ਨੇ ਰੱਬ ਨੂੰ ਵੇਖਾਂ ਤੇ ਰੱਬ ਦੇ ਪਿਆਰਿਆਂ ਨੂੰ ਵੇਖ ਲਓ, ਉਹ ਰੱਬ ਦਾ ਹੀ ਰੂਪ ਹੁੰਦੇ ਨੇ। ਬਾਬਾ ਪਾਲਾ ਸਿੰਘ ਰੱਬ ਸੀ। ਜਿਹੜੇ ਨੌਜਵਾਨ ਮਾਫ ਕਰਿਓ ਨਸ਼ੇੜੀ, ਜਿਨ੍ਹਾਂ ਨੇ ਆਹ ਬਾਬੇ ਨੂੰ ਕਦੇ ਮੱਥਾ ਨਹੀਂ ਸੀ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ, ਉਹ ਵੀ ਕੰਧਾਂ ਨੂੰ ਸਿਰ ਮਾਰ ਕੇ ਕਹਿੰਦੇ ਸੀ ਵੀ ਸਾਡਾ ਰੱਬ ਚਲਿਆ ਗਿਆ ਹੋਏ। ਨੌਜਵਾਨ ਨਹੀਂ ਤੇ ਘੱਟ ਰੋਂਦੇ ਨੇ, ਉਹਨਾਂ ਲਈ ਬਾਬਾ ਮਰ ਗਿਆ ਤੇ ਮਰ ਜਾਵੇ। ਉਹ ਕਹਿੰਦੇ ਮਰ ਗਿਆ ਬਾਬਾ, ਅਸੀਂ ਕੀ ਲੈਣਾ। ਅਜੇ ਜਿਹੜੇ ਬਜ਼ੁਰਗ ਗੁਰਮੁਖ ਜਿਨ੍ਹਾਂ ਦੀ ਲੱਗੀ ਹੋਵੇ ਉਹ ਕਹਿੰਦੇ ਵੀ ਸਾਡੇ ਮਹਾਂਪੁਰਖ ਚਲੇ ਗਏ, ਪਰ ਜਿੱਦਣ ਉਹ ਬਾਬਾ ਗਿਆ ਸੀ ਉਦਣ ਨੌਜਵਾਨ ਵੀ ਕਹਿੰਦੇ ਸੀ ਵੀ ਸਾਡਾ ਰੱਬ ਚਲਿਆ ਗਿਆ। ਉਹ ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਐਸੇ ਉਹ ਪੂਰਨ ਬ੍ਰਹਮ ਗਿਆਨੀ, ਪੂਰਨ ਤੱਤ ਵੇਤੇ, ਪੂਰਨ ਵਿਰਾਗੀ, ਪੂਰਨ ਤਿਆਗੀ, ਉਹ ਮਹਾਂਪੁਰਖ ਸੰਸਾਰ ਨੂੰ ਅਲਵਿਦਾ ਕਹਿ ਕੇ ਗਏ। ਉਹਨਾਂ ਦੀ ਮਿੱਠੀ ਯਾਦ ਨੂੰ ਭਾਮਨਗਰ ਵਿਠਵਾਂ ਇਲਾਕਾ ਨਿਵਾਸੀ ਗੁਰੂ ਕੀਆਂ ਸਿੱਖ ਸੰਗਤਾਂ ਨੇ ਰਲ ਮਿਲ ਕਰਕੇ ਮਨਾਇਆ। ਸਤਿਕਾਰਯੋਗ ਬਾਬਾ ਤਰਨਜੀਤ ਸਿੰਘ ਜੀ ਉਹ ਉਚੇਚੇ ਤੌਰ 'ਤੇ ਪਹੁੰਚੇ ਨੇ, ਉਹਨਾਂ ਨੇ ਆਪ ਗੁਰੂ ਕੀਆਂ ਸਿੱਖ ਸੰਗਤਾਂ ਦੇ ਦਰਸ਼ਨ ਕਰਨੇ ਹੈ, ਕਿਉਂਕਿ ਸੰਤ ਸੇਵੀ ਹੈ ਬਾਬਾ ਜੀ। ਬਾਬਾ ਹਜ਼ਾਰਾ ਸਿੰਘ ਜੀ ਘੁੰਮਣਾ ਵਾਲੇ, ਉਹਨਾਂ ਤੋਂ ਅੱਗੋਂ ਵਰੋਸ ਆਇਆ ਹੋਇਆ, ਇਹ ਵੀ ਸੇਵਾਦਾਰਾਂ ਦਾ ਪਰਿਵਾਰ ਹੈ। ਬਾਬਾ ਅਮਰੀਕ ਸਿੰਘ ਜੀ ਨੇ ਸੇਵਾ ਕੀਤੀ ਅਤੇ ਅੱਗੇ ਗੁਰੂ ਖਾਲਸਾ ਜੀ ਗੁਰਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੇ ਨੇ। ਉਹਨਾਂ ਨੇ ਆਪ ਸੰਗਤਾਂ ਦੇ ਸਨਮੁਖ ਹੋਣਾ ਹੈ। ਦਾਸ ਦੀ ਇੰਨੀ ਹਾਜ਼ਰੀ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।